ਪੱਛਮੀ ਖੱਤਰੀ ਜਾਤਾਂ ਦਾ ਵਰਣਨ ਕੀਤਾ। ਸੋ ਕਿਤੜੇ ਖੱਤਰੀ ਬਾਹਰੀ ਕੇਤੜਿਆਂ ਹੀ ਬਾਵੰਜਾ ਹੀ। ਸੋ ਕਿੰਨੇ ਹੀ ਖੱਤਰੀਆਂ ਦੀਆਂ ਜਾਤਾਂ ਵਿੱਚ ਬਾਹਰੀ ਹਨ ਅਤੇ ਕਈ ਬਾਵੰਜਾ ਹੀ ਹਨ। ਸੋ ਪਵਾਦੇ ਇਹ ਨਾਂ ਆ ਸਾਰਿਆਂ ਦੀ ਜਾਤਾਂ ਦੇ ਨਾਂ, ਜਿਵੇਂ ਭੱਲੇ ਪਕੌੜੀਆਂ ਗਿੱਲ ਸੁੱਕ ਜਾਤ ਆ ਨਾ ਇਹ। ਹਾਂ ਇੱਦਾਂ ਇਹ ਜਾਤਾਂ ਆ। ਪਵਾਦੇ ਪਚਾਦੇ ਆ ਫਲੀਆਂ ਖੁਖਰਾਏਨ ਅਵਗਾਹੀ। ਸੋ ਕਈ ਪਵਾਦੇ ਅਤੇ ਕਈ ਪਚਾਦੇ ਫਲੀਆਂ ਅਤੇ ਖੁਖਰਾਏਨ ਬੇਅੰਤ ਹਨ। ਕੇਤੜਿਆਂ ਚੌੜੋਤਰੀ ਕੇਤੜਿਆਂ ਸੈਰੀਨ ਵਿਲਾਹੀ। ਸੋ ਬੜੇ ਕਿੰਨੇ ਚੌੜੋਤਰੀ ਅਤੇ ਕਿਤਨੇ ਸਰੀਨ ਅਤੇ ਵਿਲਾਹੀ ਜਾਤਾਂ ਵਾਲੇ ਹਨ। ਕੇਤੜਿਆਂ ਅਵਤਾਰ ਹੋਏ ਚੱਕਰਵਰਤ ਰਾਜੇ ਦਰਗਾਹੀ। ਸੋ ਕਈ ਇਹਨਾਂ ਵਿੱਚ ਹੀ ਅਵਤਾਰ ਰਾਮ ਕ੍ਰਿਸ਼ਨ ਅਤੇ ਕਿੰਨੇ ਚੱਕਰਵਰਤੀ ਦਰਬਾਰੀ ਰਾਜੇ ਮਹਾਰਾਜੇ ਹੋਏ ਹਨ। ਸੂਰਜਵੰਸ਼ੀ ਆਖੀਏ ਸੋਮਵੰਸ਼ ਸੂਰਵੀਰ ਸਿਪਾਹੀ। ਤੋ ਸੂਰਜਵੰਸ਼ੀ ਚੰਦਰਵੰਸ਼ੀ ਕਈ ਸੂਰਵੀਰ ਯੋਧੇ ਸਿਪਾਹੀ ਹੋਏ ਹਨ, ਸੂਰਜਵੰਸ਼ੀ ਵੀ ਹੋਏ ਹਨ। ਤੋ ਧਰਮ ਰਹਿਤ ਧਰਮਾਤਮਾ ਧਰਮ ਵਿਚਾਰ ਨਾ ਬੇਪਰਵਾਹੀ। ਧਰਮ ਰਾਏ ਪਰਮਾਤਮਾ ਪਰ ਧਰਮ ਰਾਜਾ ਧਰਮੀ ਹੈ, ਧਰਮਾਤਮਾ ਧਰਮੀ ਹੈ, ਧਰਮ ਦਾ ਧਰਮੀ ਵਿਚਾਰਦਾ। ਸੋ ਛੋਟੇ ਛੋਟੇ ਦੀ ਕਾਨ ਨਹੀਂ, ਬੇਪਰਵਾਹ ਹੈ ਅਤੇ ਧਰਮ ਦਾ ਨਿਉਂ ਕਰਦਾ, ਮਤਲਬ ਛੱਡਦਾ ਛਡਾਉਂਦਾ ਕਿਸੇ ਨੂੰ ਨਹੀਂ। ਮਤ ਸਮਝੋ ਤੁਹਾਡਾ ਲਿਹਾਜ ਕਰ ਦੂਗਾ, ਲਿਹਾਜ ਕਿਸੇ ਦਾ ਨਹੀਂ ਕਰਦਾ। ਦਾਨ ਖੜਗ ਮੰਤ ਭਗਤ ਸਲਾਹੀ। ਤੋ ਭਾਈ ਅਸਲੀ ਖੱਤਰੀ ਕੌਣ ਹੈ? ਦਾਨ ਕਰਨ ਵਾਲਾ, ਸ਼ਸਤਰ ਵਾਲਾ, ਲੜਨ ਵਾਲਾ, ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜ ਕੇ ਭਗਤੀ ਕਰਨ ਵਾਲਾ, ਰੱਬ ਦੀ ਸਿਫ਼ ਸਲਾਹ ਕਰਨ ਵਾਲਾ ਹੀ ਅਸਲ ਖੱਤਰੀ ਹੈ। ਜਿਹੜਾ ਵਿਕਾਰਾਂ ਨਾਲ ਲੜ ਜਾਏ, ਮਨ ਨੂੰ ਜਿੱਤ ਜਾਏ। ਬਹਾਦਰ ਤਾਂ ਉਹੀ ਸੂਰਮਾ ਹੈ ਨਾ, ਵਾਹਿਗੁਰੂ ਕਹਿੰਦਾ ਨਾ ਬਹਾਦਰ ਕੌਣ ਹੈ? ਕਿਹੜਾ ਬਹਾਦਰ? ਆਤਮ ਜਿਹਨੇ ਸਗਲ ਵਸਤਾਂ ਕੇ ਜਾਕਾ ਸਤਿਗੁਰ ਪੂਰਾ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਆਤਮ ਜਿਹਨੇ ਆਤਮਾ ਜਿੱਤ ਲਈ, ਮਨ ਜਿੱਤ ਲਿਆ, ਬਹਾਦਰ ਉਹ ਹੈ ਜਿਹਨੇ ਵਿਕਾਰਾਂ ਨਾਲ ਮੁਕਾਬਲਾ ਕਰਕੇ ਵਿਕਾਰ ਮਾਰ ਲੈ, ਬਹਾਦਰ ਤਾਂ ਸੂਰਮਾ ਉਹ ਆ। ਦਾਨ ਖੜਗ ਮੰਤ ਭਗਤ ਸਲਾਹੀ। ਪੌੜੀ 11 ਵੈਸ਼ਾਂ ਦੀ ਜਾਤਾਂ ਦਾ ਵਰਣਨ। ਇਹ ਪਤਾ ਨਹੀਂ ਕਿਉਂ ਵਰਣਨ ਕੀਤਾ, ਅਸੀਂ ਜਾਤਾਂ ਪਾਤਾਂ ਨੂੰ ਮੰਨਦੇ ਵੀ ਨਹੀਂ, ਫਿਰ ਵੀ ਭਾਈ ਗੁਰਦਾਸ ਜੀ ਨੇ ਵਰਣਨ ਕੀਤਾ। ਇਹਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ ਕਿਉਂ ਵਰਣਨ ਕੀਤਾ। ਉਹਨਾਂ ਨੂੰ ਇਹ ਦਿਖਾਇਆ ਕਿ ਤੁਸੀਂ ਆਪਣੀਆਂ ਜਾਤਾਂ ਵਿੱਚ ਹੀ ਪਏ ਹੋ, ਪੱਲੇ ਤੁਹਾਡੇ ਕੱਖ ਨਹੀਂ, ਕਰਨਾ ਕੀ ਸੀ, ਕਰੀ ਕੀ ਜਾਂਦੇ ਹੋ। ਵੈਸ਼ ਹੁੰਦਾ ਵਪਾਰੀ ਬੰਦੇ, ਜਿਵੇਂ ਹੋ ਗਏ ਚਾਰ ਜਾਤਾਂ 'ਚ ਵੰਡੇ ਨਾ, ਬਾਹਮਣ ਭਗਤੀ ਕਰੇਗਾ ਸਿਰਫ, ਲੋਕਾਂ ਨੂੰ ਗੁੰਮਰਾਹ ਕਰੇਗਾ, ਪੱਲੇ ਕੱਖ ਨਹੀਂ। ਖੱਤਰੀ ਸਿਰਫ ਲੜੇਗਾ, ਦੇਸ਼ ਲਈ ਲੜੇਗਾ, ਬਹਾਦਰ ਯੋਧੇ ਸੂਰਮੇ ਖੱਤਰੀ ਵੈਸ਼ ਵਪਾਰ ਕਰੇਗਾ। ਇੱਦਾਂ ਉਹਨਾਂ ਦਾ ਨਾਂ ਪਾਇਆ, ਉੱਥੇ ਜਾਤ ਨਾਲ ਸੰਬੰਧ ਨਹੀਂ। ਹਰ ਵਪਾਰੀ ਦਾ ਨਾਂ ਵੈਸ਼, ਹਰ ਯੋਧੇ ਦਾ ਨਾਂ ਖੱਤਰੀ। ਤੋ ਗੁਰੂ ਸਾਹਿਬ ਨੇ ਤਾਂ ਚਾਰੇ ਇਕੱਠੇ ਕਰ ਦਿੱਤੇ, ਜਾਤ ਪਾਤ ਨਹੀਂ ਮੰਨੀ। ਤੋ ਇੱਥੇ ਨੇ ਵੈਸ਼ ਕਿਤੜੇ ਵੈਸ਼ ਵਖਾਣੀਏ ਰਾਜਪੂਤ ਰਾਵਤ ਵਿਚਾਰੀ। ਕਹਿੰਦਾ ਕਿੰਨੇ ਹੀ ਵੈਸ਼ ਜਾਤੀ ਦੇ ਕਈ ਦੇ ਹਨ, ਕਈ ਰਾਜਪੂਤ ਰੇਵਤ ਕੌਮ ਦੇ ਰਾਜੇ ਹੋ ਜਾਂਦੇ ਹਨ। ਨਾਂ ਆ ਉਹਨਾਂ ਦੇ ਸਾਰਿਆਂ ਦੇ ਨਾਂ ਦਿੱਤੇ ਹਨ, ਅਤੇ ਉਹਨਾਂ ਦਾ ਵਿਚਾਰ ਕਰੀਏ। ਸੇ ਤੂਰ ਗੌੜ ਪਵਾਰ ਲੱਖ ਮਲਨ ਹਾਸ ਚੌਹਾਨ ਚਿਤਾਰੀ। ਸੋ ਕਈ ਤੂਰ ਕਈ ਗੌੜ ਲੱਖਾਂ ਪਵਾਰ ਜਾਤਾਂ ਵਿੱਚ ਹੋਏ, ਮਲਨ ਹਾਂਸ ਚੌਹਾਨ ਕਿੰਨੇ ਕੁ ਕਹੀਏ। ਕਛਵਾਹੇ ਰਾਠੌੜ ਲਿਖਿਆ, ਲੱਖ ਰਾਣੇ ਰਾਏ ਭੂਮੀਏ ਭਾਰੀ। ਸੋ ਲੱਖਾਂ ਕਛਵਾਰੇ, ਲੱਖਾਂ ਰਾਠੌੜ, ਲੱਖਾਂ ਰਾਏ
ਲੱਖਾਂ ਭੂਮੀਏ ਜ਼ਿਮੀਦਾਰ ਵਿੱਚੋਂ ਰਾਏ ਸ਼੍ਰੋਮਣੀ ਹੋ ਗੁਜ਼ਰੇ ਹਨ, ਰਾਏ ਸ਼੍ਰੋਮਣੀ ਹੋ ਗੁਜ਼ਰੇ ਹਨ, ਰਾਏ ਭੂਮੀਏ ਭਾਰੀ ਬਾਗ ਬਘੇਲੇ ਕੇਤੜੇ ਬਲਵੰਡ ਲੱਖ ਬੰਦੀਲੇ ਕਾਰੀ। ਸੋ ਲੱਖਾਂ ਬਾਗ, ਲੱਖਾਂ ਬਘੇਲੇ, ਲੱਖਾਂ ਬੁੰਦੇਲ, ਤੋ ਬਲਵੰਡ ਸੂਰਮੇ ਹਨ, ਬਲਵੰਡ ਹੁੰਦਾ ਸੂਰਮੇ, ਬਲਵੰਡ ਲੱਖਾਂ। ਤੋ ਕੇਤੜਿਆਂ ਹੀ ਭੁਰਟੀਏ ਦਰਬਾਰਾਂ ਅੰਦਰ ਦਰਬਾਰੀ। ਤੋ ਕਿੰਨੇ ਕੁ ਭੁਰਟੀਏ ਕੌਮ ਦੇ ਦਰਬਾਰਾਂ ਵਿੱਚ ਦਰਬਾਰੀ ਹਨ। ਸੋ ਕਿਤੜੇ ਗੁਣੀ ਭਦੌੜੀਏ ਦੇਸ਼ ਦੇਸ਼ ਵੱਡੇ ਇਤਬਾਰੀ। ਤੋ ਕਿੰਨੇ ਹੀ ਭਦੌੜ ਦੇ ਗੁਣੀ ਹਨ, ਦੇਸਾਂ ਦੇਸਾਂ ਵਿੱਚ ਵੱਡੇ ਇਤਬਾਰੀ ਭਰੋਸੇ ਵਾਲੇ ਹਨ। ਪਰ ਸਿੱਟਾ ਇਹ ਹੈ ਕਿ ਹੋਮੇ ਮੂਏ ਨਾ ਹੋਮੇ ਮਾਰੀ। ਬਸ ਸਿੱਟਾ ਕੱਢ ਦਿੱਤਾ, ਸਿੱਟਾ ਤਾਂ ਵਧੀਆ ਕੱਢਿਆ, ਉਹ ਮੈਂ ਕਰਦੇ ਹੀ ਮਰ ਗਏ, ਨਰਕਾਂ ਵਿੱਚ ਗਏ, ਮਨੁੱਖਾ ਜਨਮ ਗਵਾ ਗਏ। ਹੋਮੇ ਨੂੰ ਕਿਸੇ ਨਹੀਂ ਮਾਰਿਆ, ਨਾ ਮਾਰ ਸਕੇ, ਹੋਮੇ ਨੂੰ ਕੋਈ ਵੀ ਨਹੀਂ ਮਾਰ ਸਕਦਾ ਬਾਬੇ ਨਾਨਕ ਤੋਂ ਬਗੈਰ। ਬੜੀ ਸਿੱਧੀ ਜੀ ਮੈਂ ਕਿਹਾ ਸੀ ਨਾ ਭਾਈ ਗੁਰਦਾਸ, ਕਈ ਗੱਲਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਨਹੀਂ ਲਿਖੀਆਂ ਕਿ ਮੇਰੇ ਤੋਂ ਬਗੈਰ ਤੁਸੀਂ ਰੱਬ ਨਹੀਂ ਜਾਣ ਸਕਦੇ, ਬਾਣੀ ਵਿੱਚ ਨਹੀਂ ਲਿਖੀਆਂ। ਬਾਣੀ ਵੀ ਜਲੇਬੀ ਵਰਗੀ ਸਿੱਧੀ ਆ। ਹਾਂਜੀ, ਇਹ ਵੀ ਗੱਲ ਯਾਦ ਰੱਖਣਾ, ਇਹਨੂੰ ਵਿਚਾਰਨ ਲਈ 20-30 ਸਾਲ ਚਾਹੀਦੇ। ਭਾਈ ਗੁਰਦਾਸ ਨੇ ਠਾ ਮਾਰੇ ਜਟਕੀ ਸੁੱਟੀ ਸਿੱਧਾ ਹੀ, ਤੂੰ ਗੁਰੂ ਨਾਨਕ ਤੋਂ ਬਗੈਰ ਰੱਬ ਨੂੰ ਮਿਲ ਕੇ ਦਿਖਾ ਦੇ, ਚੱਲ ਸੰਗਤ ਤੋਂ ਬਗੈਰ ਨਾਮ ਜਪ ਕੇ ਦਿਖਾ ਦੇ, ਚੱਲ ਅੰਮ੍ਰਿਤ ਤੋਂ ਬਗੈਰ ਮੈਨੂੰ ਅੰਦਰ ਕਾਮ ਕ੍ਰੋਧ ਤੇ ਕੰਟਰੋਲ ਕਰਕੇ ਦਿਖਾ ਦੇ, ਕੋਈ ਹੋਰ ਧਰਮ ਰੱਬ ਨੂੰ ਦਿਖਾ ਦੇਵੇ। ਸਿੱਧੀ ਠਾ ਮਾਰੀ, ਖਾ ਮਾਰੀ ਉਡਾ ਕੇ ਸਿੱਧੀ। ਸੋ ਪੌੜੀ 12, ਸੋ ਗੋਤਾਂ ਅਤੇ ਕਿਰਤਾਂ ਦੀਆਂ ਜਾਤਾਂ ਦਾ ਵਰਣਨ। ਸੋ ਕਿਤੜੇ ਸੂਦ ਸਦਾਇਨ, ਕਿਤੜੇ ਕਾਇਬ ਲਿਖਣ ਹਾਰੇ। ਸੋ ਕਈ ਸੂਦ ਸਦਵਾਉਂਦੇ ਹਨ, ਸੋ ਕਈ ਕਾਇਬ ਮੁਨਸ਼ੀ ਲਿਖਣ ਹਾਰੇ ਹਨ। ਕਿਤੜਿਆਂ ਹੀ ਬਾਣੀਏ, ਸੋ ਕਿਤੜੇ ਪਾਪੜਿਆਂ ਸੁਨਿਆਰੇ। ਸੋ ਕਈ ਬਾਣੀਏ ਜੋ ਪਸਾਰੀ ਦਾ ਕੰਮ ਕਰਦੇ ਹਨ, ਸੋ ਕਈ ਪਾਪੜੇ ਜੋ ਜੈਨੀ ਮਤ ਦੇ ਮਤ ਨੂੰ ਮੰਨਦੇ ਹਨ, ਅਤੇ ਕਈ ਸੋਨਾ ਘਣ ਵਾਲੇ ਸੁਨਿਆਰੇ ਹਨ। ਸੋ ਕੇਤੜਿਆਂ ਲੱਖ ਜੱਟ ਹੋਏ, ਕੇਤੜਿਆਂ ਛੀਂਬੇ ਸੰਸਾਰੇ। ਸੋ ਕਈ ਲੱਖਾਂ ਜੱਟ ਹੋਏ, ਤੋ ਕਈ ਛੀਂਬੇ ਸੰਸਾਰ ਵਿੱਚ ਪ੍ਰਸਿੱਧ ਹਨ। ਕੇਤੜਿਆਂ ਠਠੇਰਿਆਂ, ਕੇਤੜਿਆਂ ਲੁਹਾਰ ਵਿਚਾਰੇ। ਸੋ ਕੇਤੜੇ ਠਠੇਰੇ ਅਤੇ ਕਈ ਵਿਚਾਰੇ ਲੁਹਾਰ ਹੋਏ ਹਨ। ਕੇਤੜਿਆਂ ਤੇਲੀ ਆਖੀਆਂ, ਕੇਤੜੇ ਹਲਵਾਈ ਬਾਜ਼ਾਰੇ। ਸੋ ਕਈ ਤੇਲੀ ਕਹੀਦੇ ਹਨ, ਤੋ ਕਈ ਹਲਵਾਈ ਹੋ ਕੇ ਬਾਜ਼ਾਰਾਂ ਵਿੱਚ ਮਠਿਆਈ ਦਾ ਕੰਮ ਕਰਦੇ ਹਨ, ਹਲਵਾਈ ਬਾਜ਼ਾਰੇ। ਕੇਤੜਿਆਂ ਲੱਖ ਪੰਖੀਏ, ਕਿਤੜੇ ਨਾਈ ਤੇ ਵੰਜਾਰੇ। ਸੋ ਕਈ ਹਲਕਾਰੇ ਪੰਖੀਏ ਸਿਰਕੀ ਬੰਨ ਹਨ, ਕਈ ਨਾਈ ਅਤੇ ਕਈ ਵੰਜਾਰੇ ਹਨ। ਚੌਂ ਵਰਨਾ ਦੇ ਗੋਤ ਅਪਾਰੇ, ਉਹ ਭਾਈ ਇਹਨਾਂ ਚੌਵਾਂ ਵਰਨਾ ਦੇ ਬੇਅੰਤ ਗੋਤਾਂ ਹਨ, ਸਭ ਵੰਡੀਆਂ ਪਾਈਆਂ ਪਈਆਂ ਆਪਸ ਵਿੱਚ ਮਿਲ ਕੇ ਨਾ ਬੈਠ ਜਾਣ। ਇਹ ਸਿਆਸੀ ਲੜਾਈ ਹੁੰਦੀ ਹੈ, ਜੇ ਤੁਸੀਂ ਮਿਲ ਕੇ ਬਹਿੰਦੇ ਹੋ ਤੁਹਾਡੀ ਤਾਕਤ ਬਹੁਤ ਆ, ਤਾਂ ਰਾਜ ਤੁਸੀਂ ਕਰਦੇ ਹੋ, ਬਸ ਤੁਹਾਨੂੰ ਮਿਲ ਕੇ ਨਹੀਂ ਬਹਿਣ ਦੇ ਨਾਲ ਲੜਾਈ ਪਵਾਈ ਜਾਓ। ਇਹ ਸਿਆਸੀਆਂ ਦਾ ਕੰਮ ਹੁੰਦਾ, ਜਿਵੇਂ ਸਾਡਾ ਹਰ ਇੱਕ ਬੰਦਾ ਖਰੀਦਿਆ ਪਿਆ। ਗੁਰਦੁਆਰਾ ਪ੍ਰਬੰਧਕ ਕਮੇਟੀ 'ਚ 1200 ਬੰਦਾ ਕੰਮ ਕਰਦਾ, 800 ਏਜੰਸੀ ਨੇ ਖਰੀਦਿਆ ਹੋਇਆ। ਤੁਸੀਂ ਕੋਈ ਵੀ ਹਰਕਤ ਕਰੋ, ਝੱਟ ਏਜੰਸੀ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਹਰਕਤ ਕੀਤੀ, ਕਿ ਸਿੱਖੀ ਦੀ ਗਲਤ ਨਹੀਂ ਕਰ ਰਹੇ, ਕਿਤੇ ਏਕਤਾ ਦੀ ਗਲਤ ਨਹੀਂ ਕਰ ਰਹੇ, ਕਿਤੇ ਰਾਜ ਪਲਟੇ ਦੀ ਗਲਤ ਨਹੀਂ ਕਰ ਰਹੇ, ਕਿਤੇ ਆਪ ਜਿੱਤ ਕੇ ਕੰਟਰੋਲ ਤਾਂ ਨਹੀਂ ਕਰਨਾ ਚਾਹੁੰਦੇ, ਕਿਤੇ ਕਿਸੇ ਨੂੰ ਪਤਾ ਤਾਂ ਨਹੀਂ ਲੱਗਿਆ ਕਿ ਅਸੀਂ ਏਜੰਸੀ ਨੇ ਖਰੀਦੇ ਹੋਏ, ਸਾਰੇ ਸਿੱਖ ਜਥੇਦਾਰ ਸਭ ਖਰੀਦੇ ਹੋਏ ਆ, ਸਭ ਮੰਤਰੀ ਸ਼ੰਤਰੀ ਖਰੀਦੇ ਹੋਏ ਆ, ਸਭ ਕਮੇਟੀਆਂ 'ਚ ਅਹੁਦੇਦਾਰ ਖਰੀਦੇ ਹੋਏ ਆ, ਕਿਤੇ ਇਹੋ ਜਿਹੀ ਗੱਲ ਦਾ ਕਿਸੇ ਨੂੰ ਪਤਾ ਤਾਂ ਨਹੀਂ ਲੱਗਿਆ। ਸੋ ਇੱਕ ਬੜਾ ਪੱਖ ਹੈ। ਪੌੜੀ 13, ਵਰਨਮਤ। ਪੌੜੀ 13, ਵਰਨਾ ਦੇ ਮਤ। ਤੋ ਕਿਤੜੇ ਗਿਰਹੀ ਆਖੀਆਂ, ਕੇਤੜਿਆਂ ਲੱਖ ਫਿਰਨ ਉਦਾਸੀ। ਗਿਰਹੀ ਕਿਤਨੇ ਹੀ ਗ੍ਰਸਤੀ ਆਖੇ ਜਾਂਦੇ ਹਨ, ਕਿਤਨੇ ਲੱਖ ਉਦਾਸੀ ਆਖੇ ਜਾ, ਬੜੀ ਦੁਨੀਆ ਉਦਾਸੀ। ਕੇਤੜਿਆ ਜੋਗੀ ਸੁਰਾਂ, ਕੇਤੜਿਆਂ ਹੋਏ ਸੁਨਿਆਸੀ। ਤੋ ਕਈ ਜੋਗੀ ਅਤੇ ਜੋਗੀਸਰ, ਵੱਡੇ ਜੋਗੀ ਅਤੇ ਕਈ ਸੁਨਿਆਸੀ,
कई सन्यासी है। सन्यासी 10 नाम धर जोगी 12 पंथ निवासी। तो सन्यासियों ने अपने 10 नाम रख लै, जोगियों ने 12 पंथ चला लै, तो रब की समझ तो किसी नूं नहीं आई। केतड़े लख परमहंस, केतड़े बाण प्रस्त बनवासी, तो कितने लख परमहंस बन गए सच ते झूठ दा नबेड़ा करन वाले। सो किन्ने ही बाण प्रस्त हो के बना में रेंदे, जंगलों में ही चले गए, बाण प्रस्त हो गए। केतड़िया ही डंड धार, तो केतड़े जैनी जी देयासी, तो कितने कई हाथ में डंडा लै के जोगी तुरे फिरते हैं। कई जोगी हो के जैनी हो के जी पर दया रखते हैं। बंदा जी ना मर जाए, जू ना मर जाए, कीड़ा ना मर जाए, थले पैर थले आके। सो छे घर छे गुराखियन, छे उपदेश भेस ब्यासी। सो छे शास्त्र छे आचर्ज ते छे उपदेश भेस ते अभ्यास भिन्न भिन्न किते आखते हैं। तो छे रुत 12 माह कर सूरज इको 12 रासी। सो भाई सूरज एक है, छे रुत्त हैं, 12 महीने हैं, 12 रासा हैं। गुरां गुरु सतगुरु अविनाशी, गुरां गुरु सतगुरु अविनाशी। मैं क्या ना भाई गुरदास, गुरां गुरु सतगुरु अविनाशी, गुरां दा ओए गुरुआं दे गुरुआं दा ओए गुरुआं दा गुरु अकाल पुरख बाबा नानक सदा अविनाशी है। उतले सारे मत जीरो हन, जीरो माइनस जीरो, सुन क्या शून जीरो। बाबा नानक ही दुनिया का इंसानियत का गुरु है जो रब नाल मिला सकता है। मैं अगे भी तुहानू एक गल कही है, ठीक है, मैंने 40 साल बाद गल समझ आई आ, चलो एक गल समझ तो आई आ। मैं अगे भी तुहानू कही है, बाबा नानक मेरा वाहिगुरु, जे उन्हूं कोई दुनिया में धर्म ठीक लगता ना तो उन्हें कहना सी हिंदू चंगे आ, आप सारे हिंदू हो जाने, मुसलमान बहुत चंगे आ, आप सारे मुसलमान हो जाने, जैनी बहुत चंगे, सन्यासी बहुत चंगे आ, उदासी बहुत चंगे आ। आप किसी ना किसी का धर्म का तो ना लेंदा, उसे मिट्टी पलीत करी जाता, उसकी चमड़ी उधेड़ी जाता सारे की। बाबा तुसी सारे गुरु ग्रंथ साहिब नूं पढ़ के दसो, बड़े वह मूर्ख बंदे जां एजेंसी तो विके हुए बंदे जिहड़े गुरु साहिब दी हजूरी च बह के कहिंदे आ कि सारे धर्म इक्को जे आ, वह महामूर्ख जे, महामूर्ख विके हुए बंदे जे, विके हुए। हाँ जी, उन्होंने पैसे दिंदी एजेंसी, तू धर्म नूं वखरा नहीं कहना, क्यों? उन्हें गुरु ग्रंथ साहिब जी नूं पढ़िया, भी तो छिल्ला ही पई सारे धर्मां दी। हिंदू अन्ना तुरकू काणा, कदी तुसी कथा विच सुणिया किसी ने लिया वे हिंदू अन्ना तुरकू काणा? बुत पूज पूज हिंदू मूवे, तुरक मुवे सरनाई, ओ ही ले जा रहे, ओ ही ले गाडे, तेरी गत दूहू ना पाई, कदी सुनिया? हिंदू मूले भूले खुट्टी जाई, नारद कहे से पूज कराई, अंधे गूंगे अंध अंधार, पत्थर ने पूजे मुक्त गवार, वे जे आप डुबे तुम कहा तारनहार, कदी तुसी सुनिया? सुनिया वाहिगुरु ने? फिर वाहिगुरु ने गाल क्यों कढ़ी है? जिन्हें नाम की दात नहीं ली, जिन्हें अमृत नहीं छकया, जिन्हें अंदरों आत्मा नहीं जगाई, वह कंजरी का पुत्र आराम द। भाई गुरदास ने भी किया, कभी किसी ने कथाकार ने किया तुहानू एक गल, जिन्हें अंदरों आत्मा नहीं जगाई, इंसानियत नहीं सीखी, द गुरु ऑफ ह्यूमैनिटी इज गुरु नानक। गुरु नानक तुहाडा गुरु ही नहीं, किसी का गुरु नहीं। बई वाहिगुरु एक पासे आपां कहने गुरु नानक वाहिगुरु आ, हाँ गुरु नानक वाहिगुरु, फिर सिखां दा वाहिगुरु आ, बाकी सब मर गए। कोई बंदा देखो फरीद जी की बाणी लई, जिहड़ा भी बंदा रब दे असूलां नाल जुड़ गया, उहदी मुसलमानां दे बरखिलाफ लिखिया भाई सारी गल, हिंदुआं दी बाणी लई तो हिंदुआं दे बरखिलाफ लिया, अन्ना कहा हिंदू नूं, पंडतां नूं महामूर्ख ते जहल लुटेरा ठग कहा। बेणी पंडित सी, परमानंद पंडित सी, शूद्रां दे काम माड़े सन सारे, शूद्रां दी रविदास चमार सी, कहिंदा रविदास ढवंटा ढोर नीत, मैं मरे हुए पशु ढोंदा सी, तिन त्यागी माया प्रगट होवा सात संग तिन दर्शन पाया। फिर रविदास आप ही कहिंदा, रविदास ने अपनी बाणी च मेरे ख्याल 7-8 बार लिखा मैं चमार मैं चमार, फिर उहदा कुछ हो गया, कहिंदा मैनूं पंडित मत्था टेकदे आ, चमार गुणा करके चमार हो जांदा, गुणा करके तो बंदा रब नूं मिल जांदा, चमार देखना रब ने जात देखदा रब, फिर रब ने चमार की बाणी को ली। अभी तो जिहड़ा रब नाल जुड़ गया बंदा कोई भी जुड़ सकता है। आपां नूं नहीं समझ आउणा आया, कदे मौका मिल गया ना
ਤੁਹਾਨੂੰ 100 ਕਰੋੜ ਨੂੰ ਅੰਮ੍ਰਿਤ ਛਕਾ ਕੇ ਦਿਖਾਊਂਗਾ। ਕਿਤੇ ਮੌਕਾ ਮਿਲ ਗਿਆ ਆਪਾਂ ਨੂੰ, ਮੌਕਾ ਆਪਾਂ ਨੂੰ ਗੁਰਦੁਆਰੇ ਮੱਥਾ ਨਹੀਂ ਟੇਕਣ ਦਿੰਦੇ, ਮੌਕਾ ਕਿੱਦਾਂ ਮਿਲਣਾ, ਮਾਈਕ ਨਹੀਂ ਫੜਨ ਦਿੰਦੇ। ਮੇਰੇ ਮਗਰ ਮੈਨੂੰ 2 ਵਾਰੀ ਮਾਰਨ ਦਾ ਅਟੈਕ ਹੋਇਆ, 1 ਵਾਰੀ ਫੈਮਿਲੀ ਨੂੰ ਮਾਰਨ ਲੱਗੇ। ਏਜੰਸੀ ਦਾ ਹੱਥ ਆ ਕਿ ਬੰਦੇ ਨੂੰ ਪ੍ਰਚਾਰ ਨਹੀਂ ਕਰਨ ਦੇਣਾ, ਟੱਪਲਾ ਖਾਓਗੇ, ਮੈਨੂੰ ਪ੍ਰਚਾਰ ਕਰਨ ਦਿੱਤਾ ਅਤੇ ਹਾਂਜੀ। ਸੋ ਇਹ ਇੱਕ ਬੜਾ ਪੱਖ ਦੇਖਣ ਵਾਲਾ। ਆਪਾਂ ਤਾਂ ਉਹੀ ਗੱਲ ਕਰਨੀ ਹੈ, ਸਤਿਗੁਰੂ ਅਵਿਨਾਸ਼ੀ। ਸੋ ਕਿਤੜੇ ਕਿੰਨੇ ਹੈ ਕੋਈ ਗੱਲ ਇਨਸਾਨੀਅਤ ਦਾ ਗੁਰੂ ਕੀ ਭਾਈ, ਇਹ ਗੱਲ ਸਮਝਣ ਵਾਲੀ ਆ, ਸਮਝਣ ਵਾਲੀ। ਬਾਬਾ ਮੈਂ ਇਹੋ ਗੱਲ ਕਹੀ ਆ, ਬਾਬਾ ਜੀ ਕਹਿੰਦੇ ਇਹ ਤਾਂ ਭਾਈ ਗੁਰਦਾਸ ਨੇ ਠਾਹ ਮਾਰੀ ਹੈ ਨਾ, ਠੀਕ ਹੈ ਗੁਰੂ ਸਾਹਿਬ ਨੇ ਨਹੀਂ ਕਿਤੇ ਕਿਹਾ ਮੈਂ ਵਾਹਿਗੁਰੂ ਹਾਂ, ਠੀਕ ਹੈ ਮੰਨ ਲੈਂਦੇ ਹਾਂ ਗੱਲ। ਭਾਈ ਗੁਰਦਾਸ ਨੇ ਤਾਂ ਸਪਸ਼ਟ, ਭਾਈ ਭੱਟਾ ਨੇ, ਭਾਈ ਨੰਦ ਲਾਲ ਨੇ, ਸਾਰੇ ਝੂਠੇ ਸਨ। ਫਿਰ ਗੁਰਬਾਣੀ ਵਿੱਚ ਮੈਂ ਤੁਹਾਨੂੰ ਕਿੰਨੀਆਂ ਐਗਜ਼ਾਮਪਲਾਂ ਦੇ ਸਕਦਾ ਕਿ ਗੁਰੂ ਸਾਹਿਬ ਨੇ ਸਤਿਗੁਰੂ ਬਾਰੇ ਕਿਹਾ ਸਤਿਗੁਰੂ ਵਾਹਿਗੁਰੂ ਹੀ ਹੁੰਦਾ। ਬੜੀਆਂ ਐਗਜ਼ਾਮਪਲਾਂ, ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰਕਰਤਾ, ਗੁਰਕਰਨਹਾਰ, ਗੁਰਕਰਨ ਯੋਗ, ਗੁਰ ਪਰਮੇਸ਼ਰ ਹੈ ਵੀ ਹੋ, ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤਸਰ, ਵਾਜ ਜੁਗਾਦੀ ਜੁਗੋ ਜੁਗ ਪੂਰਾ ਪਰਮੇਸ਼ਰ। ਤਦੇ ਤਾਂ ਕਹਿੰਦੇ ਉਹ ਪੂਰਾ ਪਰਮੇਸ਼ਰ ਨੂੰ ਹੇਮਕੁੰਡ ਭੇਜਤਾ। ਕਿੰਨਾ ਨੇ ਇਹ ਹਿੰਦੂਆਂ ਨੇ, ਏਜੰਸੀ ਨੇ, ਇਤਿਹਾਸ ਹੀ ਲਿਖਾਉਣਾ ਸੀ ਵੀਰ ਸਿੰਘ ਕੋਲੋਂ ਲਿਖਾਤਾ। ਮੈਂ ਵੀਰ ਸਿੰਘ ਨੇ ਕਿਹਾ ਸੀ ਉੱਥੇ ਲੱਭਿਆ ਪੈਸੇ ਦੇ ਅਤੇ ਪਦਮ ਭੂਸ਼ਣ ਬਣਾਤਾ ਉੱਥੇ, ਜੇ ਦਸ ਪੱਥਰ 'ਚ ਅਸੀਂ ਪੱਥਰ ਨੂੰ ਮੰਨਦੇ ਹੀ ਨਹੀਂ, ਉੱਥੇ ਆਕਸੀਜਨ ਹੀ ਹੈ ਨਹੀਂ, ਉੱਥੇ ਫਿਰ ਵਾਹਿਗੁਰੂ ਆ ਤਾਂ ਹੈ ਨਾ। ਆਜ ਜੁਗਾਦੀ ਜੁਗੋ ਜੁਗ ਪੂਰਾ ਪਰਮੇਸ਼ੁਰ, ਉਹ ਪੂਰੇ ਪਰਮੇਸ਼ੁਰ ਨੂੰ ਹੇਮਕੁੰਡ ਭੇਟ। ਦੇਖਿਆ ਜੀ, ਉਹਨਾਂ ਤਾਂ ਬਾਣੀ ਵੀ ਬਦਲਣ ਦੀ ਕੋਸ਼ਿਸ਼ ਕੀਤੀ, ਅੰਕਾਂ ਦਾ ਵੇਰਵਾ ਨਹੀਂ ਸਮਝ ਸਕੇ। ਦੀ ਲੋਕਿੰਗ ਸਿਸਟਮ ਦੇ ਕੋ ਨੋਟ ਅੰਡਰਸਟੈਂਡ, ਇੱਕ ਇੱਕ ਸ਼ਬਦ ਲੋਕ ਕੀਤਾ ਪਿਆ। ਕਿਤੇ ਬਲੈਕ ਬੋਰਡ 'ਤੇ ਹੋਵੇ ਮੈਂ ਤੁਹਾਨੂੰ ਸਮਝਾਵਾਂ, ਤੁਹਾਨੂੰ ਸਮਝਾ ਸਕਦਾ ਕਿਵੇਂ। ਮੈਂ ਦੱਸਿਆ ਨਾ, ਇਹ ਅੱਖਰ ਲਿਖਿਆ 4। ਦੇਖੋ ਤੁਸੀਂ ਧਿਆਨ ਨਾਲ ਪੜ੍ਹੋ ਬਾਣੀ ਨੂੰ, ਤੁਹਾਨੂੰ ਅੰਕਾਂ ਦਾ ਵੇਰਵਾ ਮਿਲੂਗਾ। ਐਂਡ ਆਫ ਦੀ ਸ਼ਬਦ ਕਿਵੇਂ ਲਿਖਿਆ, 4, ਹਾਂ, ਅੱਗੇ 12, ਅੱਗੇ 13, ਫਿਰ ਅੱਗੇ 17, ਫਿਰ ਅੱਗੇ ਉਹ ਅੱਗੇ 63। ਇਹ ਕੀ ਮਤਲਬ ਆ? ਇਹ ਲੋਕਿੰਗ ਸਿਸਟਮ ਆ, ਇਹ ਲੋਕਿੰਗ ਸਿਸਟਮ ਆ ਵਿੱਚ ਯੂ ਕੁਡ ਨੋਟ ਅੰਡਰਸਟੈਂਡ। ਅਗਰ ਉਹਨਾਂ ਨੇ ਨਹੀਂ ਤਾਂ ਉਹਨਾਂ ਭੰਨ ਤੋੜ ਕੇ ਬਾਣੀ ਕਿਤੇ ਦੀ ਕਿਤੇ ਬਦਲ ਦੇਣੀ ਸੀ, ਜਦੋਂ ਆਪਣੇ ਸਿਰਾਂ ਦੇ ਮੁੱਲ ਪੈ ਗਏ, ਜਦੋਂ ਆਪਣੇ ਸਿਰਾਂ ਦੇ ਮੁੱਲ ਪੈ ਗਿਆ। ਦੇਖੋ ਉਹਨਾਂ ਨੇ ਹੋਰ ਬੜੀ ਫਿਰ ਦਸਮ ਗ੍ਰੰਥ ਰਚ ਦਿੱਤਾ। ਦਸਮ ਗ੍ਰੰਥ ਉੱਤੇ ਪਾਤਸ਼ਾਹੀ 10ਵੀਂ ਲਿਖਣਾ ਸੀ, ਆਪਾਂ ਮੂਰਖਾਂ ਨੇ ਮੰਨ ਲਿਆ ਪਾਤਸ਼ਾਹੀ 10ਵੀਂ। ਪਾਤਸ਼ਾਹੀ 10ਵੀਂ ਹੋ ਹੀ ਨਹੀਂ ਸਕਦਾ, ਮਹਿਲਾ 10ਵਾਂ ਆਉਣਾ ਚਾਹੀਦਾ ਸੀ। ਉਹਨਾਂ ਨੂੰ ਇਹ ਗੱਲ ਦਾ ਅਗਰ ਪਤਾ ਹੁੰਦਾ, ਉਹਨਾਂ ਮਹਿਲਾ 10ਵਾਂ ਕਰ ਦੇਣਾ ਸੀ। ਹਾਂਜੀ, ਉਹ ਗੱਲ ਨਹੀਂ ਸਮਝ ਸਕੇ, ਉਹਨਾਂ ਮਹਿਲਾ 10ਵਾਂ ਵੇਦਾਂ 'ਚੋਂ ਬਾਣੀ ਲੈ ਕੇ ਪਾਤਸ਼ਾਹੀ 10ਵੀਂ ਕਰਤਾ, ਪਾਤਸ਼ਾਹੀ 10ਵੀਂ ਕਰ ਦਿੱਤਾ ਅਤੇ ਦਸਮ ਗ੍ਰੰਥ ਮਹਾਂ ਗੰਦਾ ਗ੍ਰੰਥ ਰਚ ਦਿੱਤਾ। ਫਿਰ ਇੱਕ ਗੱਲ ਦੇਖੋ, ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ, ਹਾਂ, ਫਿਰ ਮੇਰੇ ਵਾਹਿਗੁਰੂ ਨੂੰ ਕੀ ਇਤਰਾਜ਼ ਸੀ ਨਾਲ ਐਡ ਕਰ ਦਿੰਦੇ, ਨਾਲ ਐਡ ਕਰ ਦਿੰਦੇ, ਵਾਹਿਗੁਰੂ ਨੂੰ ਕੀ ਇਤਰਾਜ਼? ਅਸੀਂ ਕਿਹੜੇ ਸਮਝ ਗਏ? ਅਸੀਂ ਉਹਨਾਂ ਤੋਂ ਕੋਸ਼ਿਸ਼ ਕੀਤੀ, 3 ਬਾਣੀਆਂ ਉਹ ਚਪਈ ਤਾਂ ਮੈਂ 25 ਸਾਲ ਹੋ ਗਏ ਛੱਡੀ ਬੈਠਾ। ਆਪਾਂ ਵੀ ਅਨਪੜ੍ਹ ਬੰਦੇ ਹਾਂ ਭਾਈ, ਆਪਾਂ ਬਹੁਤੀ, ਮੈਨੂੰ ਲੋਕਾਂ ਦੇ ਧਰਮ ਪੜ੍ਹਨੇ ਉਹ ਪਤਾ ਸੰਸਕ੍ਰਿਤ 'ਚ ਆ ਅਤੇ ਅਰਬੀ ਵਿੱਚ ਆ, ਅਤੇ ਆਪਾਂ ਨੂੰ ਭਾਈ ਨਾ ਸੰਸਕ੍ਰਿਤ ਆਉਂਦੀ, ਨਾ ਹਿੰਦੀ ਆਉਂਦੀ, ਨਾ ਇੰਗਲਿਸ਼ ਆਉਂਦੀ, ਆਪਾਂ ਨੂੰ ਕੁਛ ਵੀ ਨਹੀਂ ਆਉਂਦਾ, ਆਪਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ, ਆਪਾਂ ਨੂੰ ਕੁਛ, ਆਪਾਂ ਇਹਦਾ ਨਾ ਕੁੱਕੜ ਨਹੀਂ ਆਉਂਦੇ। ਜੇ ਮੈਨੂੰ ਇਹ ਸੰਸਕ੍ਰਿਤ ਅਤੇ ਅਰਬੀ ਆਉਂਦੀ ਹੁੰਦੀ ਨਾ, ਤਾਂ ਮੈਂ ਅੱਜ ਤੋਂ 30 ਸਾਲ ਪਹਿਲਾਂ ਖੋਜ ਕਰਕੇ ਤੁਹਾਡੇ ਅੱਗੇ ਰੱਖ ਦੇਣੀ ਸੀ। ਆਪਾਂ ਨੂੰ ਆਉਂਦੀ ਨਹੀਂ, ਆਪਾਂ ਗੁਰੂ ਗ੍ਰੰਥ ਸਾਹਿਬ ਹੀ ਪੜ੍ਹਨ ਜੋਗੇ ਹਾਂ, ਬਸ ਆਪਾਂ ਨੂੰ ਹੋਰ ਕੱਖ ਨਹੀਂ ਆਉਂਦਾ। ਆਹ ਥੋੜ੍ਹੀ ਬਹੁਤੀ ਗੁਰਬਾਣੀ ਵਿਆਕਰਨ ਹੁਣ ਸਮਝ ਆਉਣ ਲੱਗੇ ਆ ਭਾਈ, 40 ਸਾਲਾਂ ਬਾਅਦ ਆਪਾਂ ਨੂੰ ਹੁਣ ਗੱਲ ਭਾਈ ਗੁਰਦਾਸ ਦੀ ਵੀ ਸਮਝ ਆਉਣ ਲੱਗੀ ਆ। ਮੈਂ ਤੁਹਾਨੂੰ ਇੱਕ ਹੁਣ ਫਿਰ ਦੁਬਾਰਾ ਆਉਣ ਲੱਗਾ, ਵਾਹਿਗੁਰੂ ਜੀ, ਜੇ ਕੋਈ ਹੋਰ ਦੁਨੀਆ ਵਿੱਚ ਧਰਮ ਹੁੰਦਾ, ਬਾਬਾ ਸਾਰੇ ਧਰਮਾਂ 'ਤੇ ਕਮੈਂਟ ਨਾ ਕਰਦਾ, ਛਿੱਲ ਨਾ ਉਤਾਰਦਾ ਉਹਦੀ, ਨਾ ਨਾ ਨਾ, ਪੁੱਠੇ ਨਾ ਟੰਗਦਾ ਉਹਨਾਂ ਨੂੰ, ਨਹੀਂ, ਇਹ ਗੱਲ ਕਦੀ ਨਹੀਂ ਹੋ ਸਕਦੀ ਕਿ ਬਾਬਾ ਕਿਸੇ ਦੀ ਨਿੰਦਾ ਕਰਦਾ, ਨਾ ਬਾਬਾ ਸਾਨੂੰ ਕਹਿੰਦਾ ਨਿੰਦਾ ਨਾ ਕਰੋ, ਉਹਨੇ ਮਾਰ ਮਾਰ ਤਾਂ ਛੋਈ ਉਡਾਈ ਪਈ, ਨਿੰਦਾ ਨਿੰਦਾ ਨਹੀਂ, ਅਸਲੀਅਤ ਦੱਸੀ, ਨਿੰਦਾ ਨਹੀਂ ਕੀਤੀ, ਅਸਲੀਅਤ ਦੱਸੀ, ਇਹ ਪੱਲੇ ਕੱਖ ਨਹੀਂ ਇਹਨਾਂ ਦੇ। ਮੈਂ ਤੁਹਾਨੂੰ ਅੱਗੇ ਵੀ ਕਿਹਾ, ਕੋਈ ਧਰਮ ਮਿਲਾਓ, ਮੈਂ ਰੱਬ ਨੂੰ ਮਿਲਣਾ ਚਾਹੁੰਦਾ, ਛੱਡ ਦਿਆਂਗਾ ਬਾ, ਜਿਹਨੂੰ ਮੈਂ ਪੂਜਦਾ, ਜਿਹਦੇ ਮੈਂ ਪੈਰ ਚੱਟਦਾ, ਜਿਹਦਾ ਮੈਂ ਸਵੇਰੇ ਸ਼ਾਮ ਨਮਸਕਾਰ ਕਰਦਾ, ਜਿਹਨੂੰ ਮੈਂ ਵਾਹਿਗੁਰੂਆਂ ਦੇ ਵਾਹਿਗੁਰੂ ਕਹਿੰਦਾ, ਛੱਡ ਦਿਆਂਗਾ, ਕਿਰਪਾਨ ਲਾਉਣੀ ਲਾ ਦਿਆਂਗਾ। ਤੁਸੀਂ ਦੱਸੋ ਮੈਨੂੰ ਕੋਈ ਬੰਦਾ, ਕੋਈ ਧਰਮ ਲਾਓ ਜਿਹੜਾ ਮੈਨੂੰ, ਮੈਂ ਰੱਬ ਨੂੰ ਮਿਲਣਾ ਚਾਹੁੰਦਾ, ਸੱਚਖੰਡ ਜਾਣਾ ਚਾਹੁੰਦਾ, ਮੈਨੂੰ ਕੋਈ ਸੱਚਖੰਡ ਲੈ ਜਾਏ। ਜਿਹੜੀ ਉਹ ਗੱਲ ਕਹੇ, ਮੈਂ ਸਾਰੀ ਉਮਰ, ਜਿੰਨੀ ਕੁ ਉਮਰ ਰਹਿ ਗਈ, ਉਮਰ ਹੀ ਥੋੜ੍ਹੀ ਰਹਿ ਗਈ,
चल जिन्नी भी रह गई सारी उम्र ओदा गुलाम बन के सेवा करूंगा, दे पैर चट्टूंगा, ले मैनू सचखंड लै जाए, चल नरकां कोल ही लै जाए, धर्मराज ने मेरी गल करा देवे। धर्मराज कहे गुरु सच्चाई ये धर्म सच्चाई ये चरनी लग जा, तू ये चरनी लग के मुक्त हो जाएगा। जेड़े भी ये चरनी लग जाए मैं उन्होंने कुछ नहीं कहता, मैं सारी जिंदगी सेवा करूँगा, रब तो बहुत दूर आ, सचखंड बहुत दूर आ, नरकों में ही ले जाके मैं मुक्ति का राह दिखा दे। धर्मराज कह दे छड़े जमदूत ही कह दे, चलो धर्मराज को भी नहीं जाते, जमदूत ही कह दे नहीं मैं तेनों नहीं हाथ ला सकता मैं, चलो यार कोई गल तो मनो ना, मैनू कही जाने मैं सख्त बोलदा, कोई गल तो मेरी मनो ना, मैनू कोई प्रूफ करके दिखाओ कि होर धर्म हैगा, आप भी मन लीए। तुहानू एक होर गल दसन लगा, तो ही बेड़ा गर्क तो आपे ही है, मैनू हुण विश्वास आउंदा कि रब बेड़ा गर्क करूगा। किवें? महाराजा रणजीत सिंह की पिक्चर बना रहा है राज बब्बर, एक्टर होना विच मैनू नहीं पता, आई डोंट नो प्रोड्यूसर कौन आ, डायरैक्टर कौन आ, एक्टर कौन आ, आई डोंट नो। उत्थे 200 सिंह चाहिदा सी साबत सूरत अमृतसर, इन्होंने उत्थे अनाउंसमेंट की कि सानू नौजवान 200 साबत सूरत चाहिए, इन्होंने मिलया नहीं। राज बब्बर ने बड़ी हैरानगी नाल फिर बयान दिता प्रेस नू कि सानू 200 साबत सूरत नौजवान फौज दिखाउणी होनी ना, साबत सूरत चाहिए सी ते सानू साबत सूरत 200 नौजवान नहीं मिलया, अमृतसरों आया नहीं कोई भी। तो फिर की किया कहिंदे, कहिंदे असीं फिर कंप्यूटर चों इकट्ठे कर लए। तुहानू पता कंप्यूटर अजकल बहुत कम करता है, सारिया पिक्चर कंप्यूटर के हिसाब नाल ही बन रही, और 2012 कंप्यूटर नाल ही बनी आ, कोलंबिया USA हॉलीवुड ने बनाई आ 2012, उन्हें भी फनाई दिखाई आ। तो ज हूँ देखा जे फिर आप ही रब बदलूगा, हूँ रब बदलूगा नहीं, वो 200 बंदा नहीं साबत सूरत मिलया, रब की करता वह सारे खत्म करता, हाँ नवे सिरों दुनिया बना दू, गुरु ग्रंथ साहब जी ये गल कहते हैं, रब दे चोचले रब दे ढा दऊगा बना दू। अच्छा फिर एक गलती ही ध्यान रखो, 5100 साल पहला वो माया सभ्यता झूठ मारन की लोड़ पै गई, 5100 साल पहला कि 2012 22 दिसंबर की 22 तरीक नहीं आनी, उन्होंने झूठ मार के की लिया। फिर 5100 साल पहला क्या, 5100 साल पहला 14वीं सदी में नॉस्ट्रेडमस होया, 14वीं सदी में समझ गया, हाँ उन्हें कैनेडी बारे लिखे, कैनेडी तो 2000 होया, 14वीं सदी च तो 2000 कैनेडी बारे लिखा भी इदा मारिया जाएगा। फिर होर गल मैं तुहानू दसदा, उन्हें कहा वर्ल्ड ट्रेड सेंटर भी उड़ जाएंगे 11 सितंबर न, यह तो 2004 होया, दो उन्हें लिखे है, पता की लिखे है, तात दा पंछी दो ट्विन ब्रदर नू ढाग राएगा, चार लाइना लिख दा चुपई तात दा, हुण तां उदों जहाज ही नहीं सी, 14वीं सदी विच जहाज बनिया ही नहीं सी, 15वीं सदी विच जहाज बनिया ही नहीं सी, हवाई जहाज दा कोई ना निशान नहीं सी, उन्हें ये गल्लां किवें लिखतियां, नाले उन्हों की मिलिया उतो 14वीं सदी च मर गया 15वीं च, तो फिर गल्लां कर गया 2004 दियां 2000 दियां गल्लां कर गया, वह भी लिखता है दुनिया जा तो लड़ाई होएगी थर्ड वर्ल्ड वार दुनिया मारी जाएगी, जां रब्बी कहर होएगा दुनिया मारी जाएगी, उन्हों झूठ मार के की ले लिया उन्हें, उहदी कोई गल उहदी भी गलत नहीं होई नॉस्ट्रेडमस की कोई गल नहीं, इत्थे तक उन्हें लिख दिता कि रशिया कम्युनिज्म छड़ जाएगा और उस तरीक ही छड़ गया, फिर 11 तरीक लिखी पई आ। देखो ना इन्हां लोगों ने की खटिया झूठ मार के, झूठ मारिया मैं वह तो चलो ये तो 14वीं सदी की 15वीं सदी की गल, वो तो 5100 साल पहला लिख गया कि 22 तरीक दिसंबर की नहीं आनी, फिर भी देखो दुनिया नूं कोई फिक्र नहीं कि असी मर जाना जां गर्क हो जाना, नहीं उही अयाशी कोई भगती वल लग गया, भगती वल लगते तो मरते नहीं। वाहिगुरु जी एक गल होर सुनो, जे आपां सारे एक गल मान लीए कि असी बेड़ा गर्क हो जाना 21 तरीक रात नूं 22 तरीक नहीं आनी, तो वाहिगुरु जी फिर सारे भगती वल ना लग जाइए, जे भगती वल लगते तो असी मरते नहीं, नहीं भगती नूं भगत करन भगती करन वाले नूं रब मारदा नहीं, नहीं हुण भी गुरु साहब कहिंदे कि नहीं सिखा ने नहीं मरना, भगती करने वाले पखंडियां मेरे वर्गे पखंडियां ने देख लेना मर जाना, जिन्होंने उत्तों कृपान पाई आ बच्चे अंदर कख नहीं खाली पकौना मर जाना, मेरे वर्गिया ने बड़िया ने मर जाना, सिखा ने राज करना। ये नॉस्ट्रेडमस पढ़ के देख लो, किताब पढ़ लो,
हज़ार साल तुसी दी मैन हू शॉट टुमारो पिक्चर देखो, दी एंड पिक्चर दा कहिंदा है, उस तो बाद हज़ार साल सुनहरी युग गोल्डन एज तुसी टाइम विल कम, वो कौन सिख ही राज करते, हिंदू तो कर ही रहे, हिंदुओं का राज करना ही नहीं आता, जो जानता गंद ना पाया होया, इन्हें तो राज करना ही नहीं आया। चर्चिल ने कहा जी द कंट्री विल गो टू डॉग्स, वो डॉग कुत्तियां दे कोल ही है इस वेले, और कंट्री किधे कोल, कंट्री किधे कोल आ, कुत्तियां कोल ही आ। तो ये मेरा कहने तो पावे समझो गल नूं, भी 5100 साल पहला किसी ने अनाउंसमेंट की है, वह क्यों गलत हो जूगी? फिर उन्हें यह तो नहीं कहा दुनिया गर्क हो जू, उन्हें कहा कल जो खत्म हो जू, कलयुग क्या, तो कलयुगी जीव ही खत्म होना, धरती खत्म हो जानी, जब सूरज चंद्रमा कलयुगी आ, वो तो तुहानू सुख दिंदे आ, चढ़दा विचारा सवेरे देखो सूरज, तुहानू सारयां नू गर्मी दिंदा आ, सारी फसल वाड़ी जमीन वो सूरज दे निर्भर करदी आ, निग दिंदा आ, गर्मी तुहानू चाहीदी, वाहिगुरु नहीं कहिंदा, हवा अग पानी, हवा तुहानू साह दे रही आ, सारी जिन्हें दुनिया में जीव आ उन्हें सारयां नू हवा चाहीदी, वाहिगुरु दे रहा, वाहिगुरु थोड़ा कलयुगी आ, हवा थोड़ा कलयुगी आ, सूरज थोड़ा कलयुगी आ, पानी आ धरती थले वो कलयुगी आ, किन्ने खत्म होना, उन्हें लिखा है 21 तरीक तक कलयुग खत्म हो जाना है, वह 10 दिन तुहानू पता ही नहीं लगना, अगो नवा उन्हें लिखा, उन्हें पिक्चर ने भी शो किया कि एक 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 की मतलब नवा युग आ जाना, पहली तरीक पहला महीना पहला साल, पर पहला साल नहीं आना, नानक सम्मत आना, नानक शाही, ये सब मर जाने, मक्कड़ छक्कड़ वर्गे सब गंदे बंदे मर जाने, जिन्हें गुरु नानक नू बदल दिता, ये मर जाने सारे, श्रोमणी कमेटी सारी मर जानी देख लेना, सब मर जाने, इत्थे डिग जाने, उत्थों ही कि लावा निकलना, बस वो लावे दे सेक नाल इन्हां दी हड्डियां भी नहीं मिलनियां, डिग गंदे आए, पर रब भी कुछ नहीं कहिंदा, चुप करके बैठा, उन्हूं पता समय च मैं सारे मार देने, उन्हूं पता शांत, गुरु ग्रंथ साहब की जिनी निरादरी इत्थे देश च हुई आ कदी नहीं हुई, गुरु ग्रंथ साहब जी शांत बैठे, जिवें मैं कुछ जानता ही नहीं, मैं तो किताब हाँ भाई, मैं तो कुछ नहीं जानता, मेरे तो पल्ले कखने, चुके मैनू होटल च लै जाओ, चुके मैनू गली च लै जाओ, चुके मैनू उत्थे ओ सारी उम्र शराब पींदे रहो, तख्त पोश ते प्रकाश कर दिओ, चुके मेरा उत्थे खंड पाठ रखा दिओ, चुके मेरा पत्रा पाठ कर दिओ, चुके मैनू उत्थे लै जाओ, बाबा कुछ नहीं, उन्हूं पता है समा मेरे हुक्म विच है, मैं समय अनुसार ये युग खत्म कर देंगा, बाबा किन्ना शांत है बाबा, मैं भी तो हजूरी जी बैठा, बाबा जी, बाबा जी कभी बोलते, मैं तो कहता रहना, बाबा जी कुछ बोलो, बाबा जी कुछ बोलो, सिखां दे बोलो, मैं सिखां दा गुरु नहीं, अब बोलो मैं जगत गुरु हाँ, इंसानियत का गुरु हाँ, रब नूं मिलाउण वाला गुरु हाँ, बाबा जी भाई गुरदास जी बोले है, गुरा गुरु सतगुरु अविनाशी, बाकी सारे ने जीरो करते ना, सतगुरु नानक देव है परमेसर सोई, सतगुरु कौन है, सतगुरु नानक देव, मैं तुम्हें अगे भी दस्या हरदयाल नूं बुला लिया, एदा नां रखी भाई, एदा नां नानक, अरे भाई कला नानक, पिता जी कहिंदे कला नानक यार, पंडित जी कोई नाल कुछ लाओ, दास देव कुछ नाल लाओ ना, तो उन्हें नाल लाता, राम लाओ ना, चंद लाओ ना, नाल कुछ, कला नानक ही नहीं, कला नानक ही आ, कला नानक का कहिंदे भाई, सोच सोच के कहिंदा अच्छा नाल दियो लाता, दियो असल सी दियो, देव नहीं सी, दियो देव तो हिंदुआ ने बनाता, दियो उन्होंने भी मतलब पता सी, दियो दा हिंदुआ नु मतलब पता है, दियो दा अपने जो तो सिरां दे मुल पाए ना, ना देव करता, देव क्यों, भाई गुरदास नु पढ़ो, सतगुरु नानक दियो है, दियो उत्थों देव बने बनाता, दियो रब्बी प्रकाश, यह जड़ा नानक है ना, नानक पहली गल तो यह सतगुरु आ, सतगुरु नहीं रब्बी प्रकाश आ, परमेश्वर सोई रब भी उही आ, तीन गल्लां एक लाइन च, सतगुरु नानक, नानक सतगुरु आ, दियो सतगुरु रब्बी प्रकाश आ, फिर परमेश्वर सोई रब भी उही आ, भट्ट कहिंदे अच्छा चलो तू रब नहीं, फिर तेरे तो बगैर रब केड़ा, केड़ा आएगा भट्टां दी आएगी बाणी, और तेरे तो बगैर फिर रब केड़ा, उहदा नाम लै दे सगल सृष्ट तारण को गुरु रामदास को मिली वड्याई, सारी दुनिया फिर सिख लिखना सी ना, सिखा नू तारण लई गुरु ना, गुरु नानक पातशाह ने रामदास नू गद्दी दे दित्ती, लिखना सी ना, फिर सगल सृष्ट नहीं, समा आया, समा आऊगा, इस तो 2012 तो बाद समा आऊगा, सारे ऑल विल बी बैप्टाइज, ऑल देख लेना, सुई
ਗੱਲਾਂ ਸਮਝਣ ਦੀਆਂ ਭਾਈ ਓਏ ਪੌੜੀ ਚੌਦਵੀਂ ਸੰਤ ਜਨਾਂ ਦਾ ਗੁਰਮੁਖਾਂ ਦਾ ਵਰਣਨ ਕਿਤਨੇ ਸਾਧ ਵਿਖਾਣੀਏ ਸਾਧ ਸੰਗਤ ਵਿੱਚ ਪਰਉਪਕਾਰੀ ਕਿਤਨੇ ਹੀ ਗੁਰਮੁਖ ਪਿਆਰੇ ਹਨ ਜੋ ਸਾਧ ਸੰਗਤ ਕਰਦੇ ਹਨ ਨਾਮ ਜਪਦੇ ਹਨ ਅਤੇ ਹੋਰਨਾਂ ਨੂੰ ਅੰਮ੍ਰਿਤ ਛਕਾ ਕੇ ਨਾਮ ਜਪਾਉਂਦੇ ਹਨ ਐਸੇ ਕਈ ਪਰਉਪਕਾਰੀ ਹਨ ਕਿਤੜੇ ਲੱਖ ਸੰਤ ਜਨ ਕਿਤੜਿਆਂ ਨਿਜ ਭਗਤ ਭੰਡਾਰੀ ਸੋ ਕਿੰਨੇ ਲੱਖਾਂ ਸੰਤ ਜਨ ਕਿੰਨੇ ਆਪਣੇ ਘਰ ਪਹੁੰਚ ਗਏ ਸੱਚਖੰਡ ਪਹੁੰਚ ਗਏ ਸੱਚਖੰਡ ਪਹੁੰਚ ਗਏ ਸੋ ਭਗਤੀ ਦੇ ਭੰਡਾਰ ਖਜ਼ਾਨੇ ਭਰੇ ਪਏ ਹਨ ਉਹਨਾਂ ਪਰਉਪਕਾਰੀਆਂ ਨੇ ਵੰਡ ਵੰਡ ਕੇ ਦੇ ਦਿੱਤੇ ਕਿਤੜਿਆਂ ਜੀਵਨ ਮੁਕਤ ਬ੍ਰਹਮ ਗਿਆਨੀ ਬ੍ਰਹਮ ਵਿਚਾਰੀ ਤੋਂ ਕਿੰਨੇ ਜੀਵਨ ਮੁਕਤ ਹੋਏ ਦਸਮ ਦੁਆਰੀ ਹੋਏ ਬ੍ਰਹਮ ਗਿਆਨੀ ਹੋਏ ਅਤੇ ਗੁਰਬਾਣੀ ਦੀ ਵਿਚਾਰ ਕੀਤੀ ਬ੍ਰਹਮ ਵਿਚਾਰੀ ਕਿਤੜਿਆਂ ਸਮਦਰਸ਼ੀਆਂ ਕਿਤੜਿਆਂ ਨਿਰਮਲ ਨਿਰੰਕਾਰੀ ਕਿੰਨੇ ਗੁਰਮੁਖ ਪਿਆਰੇ ਜੋ ਸਾਰਿਆਂ ਨੂੰ ਇੱਕ ਬਰਾਬਰ ਸਮਝਦੇ ਸਨ ਮੈਂ ਕਿਹਾ ਮੈਨੂੰ 40 ਸਾਲ ਬਾਅਦ ਗੱਲ ਸਮਝ ਆਈ ਸਾਰਿਆਂ ਨੂੰ ਇੱਕ ਮਨਮੁੱਖ ਵੀ ਰੱਬ ਹੀ ਆਵੇ ਉਹ ਮਨਮੁੱਖ ਵੱਖਰਾ ਨਹੀਂ ਉਹ ਸ਼ਰਾਬੀ ਆ ਘੋਨਾ ਮੁੰਨਾ ਆ ਯਾਸ਼ ਆ ਕੁਛ ਵੀ ਆ ਯਾਰ ਜਿੱਦਾਂ ਦਾ ਵੀ ਉਹ ਵੀ ਰੱਬ ਹੀ ਆ ਇਹ ਰੱਬ ਦੀ ਖੇਡ ਆ ਤੁਹਾਡੀ ਮੇਰੀ ਖੇਡ ਨਹੀਂ ਹੈਗੀ ਇਹ ਰੱਬ ਦੀ ਖੇਡ ਤੋ ਕਿਤਨੇ ਹੀ ਪਵਿੱਤਰ ਜੀਵਨ ਵਾਲੇ ਨਿਰੰਕਾਰ ਦੀ ਉਪਾਸ਼ਨਾ ਕਰਦੇ ਅਤੇ ਸਿਮਰਦੇ ਹਨ ਕਿਤੜੇ ਲੱਖ ਬਵੇਕੀਆਂ ਕਿਤੜੇ ਦੇਹ ਬਦੇਹ ਅਕਾਰੀ ਤੋ ਕਿਤਨੇ ਲੱਖ ਬਵੇਕੀ ਸਿਆਣੇ ਰਹਿਤ ਕੁਰਹਿਤ ਨੂੰ ਸਮਝਣ ਵਾਲੇ ਤੋ ਕਿੰਨੇ ਹੀ ਸਰੀਰ ਤੋਂ ਮੋਹ ਹੋ ਕੇ ਮੋਹ ਤੋਂ ਨਿਰਮੋਹ ਹੋਏ ਹਨ ਅਤੇ ਨਿਰੰਕਾਰ ਦਾ ਸਰੂਪ ਹੋ ਗਏ ਭਾਏ ਭਗਤ ਭੈ ਵਰਤਨਾ ਸਹਿ ਸਮਾਧ ਬੈਰਾਗ ਸਵਾਰੀ ਸੋ ਭਾਈ ਪ੍ਰੇਮਾ ਭਗਤੀ ਸਤਿਕਾਰ ਅਤੇ ਵਿਰਾਗ ਵਿੱਚ ਵਰਤਣਾ ਚਾਹੀਦਾ ਹੈ ਵਾਹਿਗੁਰੂ ਸਿਮਰਨ ਕਰਦਿਆਂ ਸੁਰਤੀ ਇੰਨੀ ਟਿਕ ਜਾਏ ਕਿ ਸੁਨ ਸਮਾਧੀ ਸਹਿਜ ਹੋ ਜਾਏ ਤੂੰ ਇਹ ਸੁਰਤ ਸੁਨ ਸਮਾਧੀ ਸਵਾਰਨੀ ਚਾਹੀਦੀ ਹੈ ਸੁਨ ਸਮਾਧੀ ਬਸ ਜਿਹਨੂੰ ਹੈ ਨਾ ਸਹਿਜ ਸਮਾਧ ਸਹਿਜ ਰੱਬ ਵਰਗਾ ਸੁਭਾਅ ਬਣ ਗਿਆ ਵਿਰਾਗ ਨਿਰਮੋਹ ਹੋ ਗਿਆ ਵਿਰਾਗ ਸਵਾਰੀ ਤੋ ਸਵਾਰਨੀ ਚਾਹੀਦੀ ਗੁਰਮੁਖ ਸੁੱਖ ਫਲ ਗਰਭ ਨਿਵਾਰੀ ਹੁਣ ਗੁਰਮੁਖ ਨੇ ਲੈਣਾ ਸੁੱਖ ਜਿਹੜਾ ਸਦੀਵੀ ਸੁੱਖ ਸੁੱਖ ਫਲ ਸੋ ਅੰਮ੍ਰਿਤਧਾਰੀ ਗੁਰਸਿੱਖ ਦਾ ਜੀਵਨ ਮਨੋਰਥ ਹੈ ਸਦੀਵੀ ਸੁੱਖਾਂ ਦੀ ਪ੍ਰਾਪਤੀ ਸੁੱਖ ਫਲ ਉਹ ਮੁਕਤੀ ਉਹ ਹੈ ਹਉਮੈ ਨੂੰ ਖਤਮ ਕਰਨਾ ਜਦੋਂ ਹੀ ਹਉਮੈ ਖਤਮ ਹੁੰਦੀ ਪ੍ਰਕਾਸ਼ ਹੋ ਜਾਂਦਾ ਜੀਵਨ ਮਨੋਰਥ ਪੂਰਾ ਹੋ ਗਿਆ ਪੌੜੀ 15ਵੀਂ ਵਿਕਾਰੀਆਂ ਦਾ ਦੂਜੇ ਪਾਇਆ ਦਾ ਵਰਣਨ ਕਿਤੜੇ ਹੁਣ ਪਹਿਲਾਂ ਗੁਰਮੁਖਾਂ ਦਾ ਵਰਣਨ ਕੀਤਾ ਨਾ ਹੁਣ ਵਿਕਾਰੀਆਂ ਦਾ ਕਿਤੜੇ ਲੱਖ ਅਸਾਧ ਪਹਿਲਾਂ ਸਾਧ ਕਿਹਾ ਹੁਣ ਕਹਿੰਦੇ ਅਸਾਧ ਕਿਤੜੇ ਲੱਖ ਅਸਾਧ ਜੱਗ ਵਿੱਚ ਕਿਤੜੇ ਚੋਰ ਯਾਰ ਜੁਵਾਰੀ ਉਹੀ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਭਾ ਇੱਕ ਗੱਲ ਦੱਸ ਦਿੰਦਾ ਭਾਈ ਗੁਰਦਾਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੀ ਇੱਕ ਗੱਲ ਵੀ ਨਹੀਂ ਕਹੀ ਗੱਲਾਂ ਸਿੱਧੀਆਂ ਕਹੀਆਂ ਕਿ ਤੁਹਾਨੂੰ ਸਮਝ ਆ ਜਾਣ ਬਸ ਸਿੱਧੀਆਂ ਸੋ ਕਿਤੜੇ ਲੱਖ ਅਸਾਧ ਜੱਗ ਵਿੱਚ ਤੋ ਕਿਤੜੇ ਚੋਰ ਯਾਰ ਜੁਵਾਰੀ ਤੋ ਦੁਨੀਆਂ ਵਿੱਚ ਲੱਖਾਂ ਵਿਕਾਰੀ ਦੁਸ਼ਟ ਭੈੜੇ ਬੰਦੇ ਕਿੰਨੇ ਚੋਰ ਯਾਰ ਅਤੇ ਜੁਵਾਰੀ ਦੇਖ ਲਓ ਵਟਵਾੜੇ ਠੱਗ ਕੇਤੜੇ ਕੇਤੜਿਆਂ ਨਿੰਦਕ ਅਵਚਾਰੀ ਕਿੰਨੇ ਹੀ ਰਾਹ ਮਾਰ ਵਟਵਾੜੇ ਰਾਹ ਮਾਰ ਠੱਗ ਕਿਤਨੇ ਨਿੰਦਕ ਅਤੇ ਮੂਰਖ ਹਨ ਕੋਈ ਹਿਸਾਬ ਹੀ ਨਹੀਂ ਕੇਤੜਿਆਂ ਕਿਰਤਕ ਹਨ ਕੇਤੜੇ ਬੇਮੁਖ ਅਤੇ ਅੰਚਾਰੀ ਅਨੇਕਾਂ ਹੀ ਅਕਿਰਤਕ ਹਨ ਕਿਤਨੇ ਹੀ ਬੇਮੁੱਖ ਜਿਨ੍ਹਾਂ ਅੰਮ੍ਰਿਤ ਹੀ ਨਹੀਂ ਛਕਿਆ ਖੋਟੇ ਕੰਮ ਕਰਨ ਵਾਲੇ ਹਨ ਗੰਦੇ ਜੀਵਨ ਵਾਲੇ ਹਨ ਸੋ ਸ਼ਾਮ ਧਰੋਈ ਵਿਸ਼ਵਾਸ ਘਾਤ ਲੂਣ ਹਰਾਮੀ ਮੂਰਖ ਭਾਰੀ ਦੇਖਿਆ ਜੇ ਅਨੇਕਾਂ ਹੀ ਵਿਸ਼ਵਾਸ ਘਾਤੀ ਮਾਲਕ ਨਾਲ ਧੋਖਾ ਕਰਨ ਵਾਲੇ ਸ਼ਾਮ ਧਰੋਈ ਵਿਸ਼ਵਾਸ ਘਾਤੀ ਬਹੁਤ ਨਮਕ ਹਰਾਮ ਹਨ ਬਹੁਤ ਹੀ ਮੂਰਖ ਹਨ ਗਿਣਤੀ ਹੀ ਕੋਈ ਨਹੀਂ ਗਿਣਤੀ ਕੋਈ ਨਹੀਂ ਕਹਿੰਦੇ ਗਿਣਤੀ ਕੋਈ ਨਹੀਂ ਤੋ ਬਿਖਲੀ ਪਤ ਵੇਸ਼ੁਆ ਰਵਤ ਦੇਖਿਆ ਕਿੰਨੀ ਗੱਲ ਲਿਖੀ ਮਤ ਮਤ ਵਾਲੇ ਵੱਡੇ ਵਿਕਾਰੀ ਸੋ ਕਹਿੰਦਾ ਬੜੇ ਵਿਕਾਰੀ ਬਸੋ ਡਾਊਨ ਟਾਊਨ ਬੜੇ ਵਿਕਾਰੀ ਬੁਰੇ ਅਤੇ ਅਯਾਸ਼ ਕੰਜਰੀਆਂ ਨਾਲ ਭੋਗ ਕਰਦੇ ਹਨ ਦੇਖਿਆ ਵੇਸ਼ੁਆ ਰਵਤ
ਕੰਜਰੀਆਂ ਨਾਲ ਭੋਗ ਕਰਦੇ ਹਨ, ਸ਼ਰਾਬ ਪੀ ਕੇ ਮਸਤ ਰਹਿੰਦੇ ਹਨ, ਬੜੇ ਵਿਕਾਰੀ ਸਾਰੀਆਂ ਕੁਰਹਿਤਾਂ ਕਰਦੇ ਹਨ, ਵੱਡੇ ਵਿਕਾਰੀ ਸਾਰੀਆਂ ਕੁਰਹਿਤਾਂ ਕਰਦੇ ਹਨ। ਵਿਸ਼ਟ ਵਿਰੋਧੀ ਕੇਤੜੇ ਕੇਤੜਿਆਂ ਕੂੜੇ ਕੁੜਿਆਰੀ, ਕਿੰਨੇ ਹੀ ਇੱਕ ਦੂਜੇ ਨੂੰ ਨਿੰਦਾ ਕਰ ਕਰਕੇ ਆਪਸ ਵਿੱਚ ਲੜਾਉਣ ਵਾਲੇ ਹਨ। ਵਿਸ਼ਟ ਵਿਰੋਧੀ ਇੱਕ ਵਿਸ਼ਟ ਗੁਰੂ ਦੀ ਨਿੰਦਾ ਵੀ ਹੁੰਦੀ ਤੇ ਵਿਰੋਧੀ ਗੁਰੂਆਂ ਦੇ ਵੀ ਬਰਖਿਲਾਫ ਵਿਸ਼ਟ ਹੁੰਦਾ ਹੈ। ਕਿੰਨੇ ਹੀ ਇੱਕ ਦੂਜੇ ਦੀ ਨਿੰਦਾ ਕਰਕੇ ਆਪਸ ਵਿੱਚ ਲੜਾਉਣ ਵਾਲੇ, ਕਿੰਨੇ ਹੀ ਝੂਠ ਝੂਠ ਅਤੇ ਵਪਾਰੀ ਹਨ। ਵਿਸ਼ਟ ਵਿਰੋਧੀ ਕੇਤੜੇ ਦੇਖਿਆ ਜੇ ਕਿੰਨੇ ਕਿਸੇ ਦੀ ਕੀ ਚੁਗਲੀਆਂ ਕਰਨ ਵਾਲੇ। ਗੁਰਪੂਰੇ ਬਿਨਅੰਤ ਖੁਆਰੀ, ਲਓ ਲਾਸਟ ਲਾਈਨ, ਗੁਰਪੂਰੇ ਬਿਨਅੰਤ ਖੁਆਰੀ ਤੂੰ ਭਰੇ ਸਿਰਫ ਅੰਮ੍ਰਿਤਧਾਰੀ ਗੁਰਸਿੱਖ ਹੀ ਜਾਣਦਾ ਕਿ ਪੂਰਾ ਗੁਰੂ ਤਾਂ ਬਾਬਾ ਨਾਨਕ ਹੈ। ਅੰਮ੍ਰਿਤ ਛਕਣ ਤੋਂ ਬਗੈਰ ਸਭ ਮਰਨ ਤੋਂ ਬਾਅਦ ਅੰਤ ਨੂੰ ਨਰਕਾਂ ਵਿੱਚ, ਬਾਤ ਖੱਜਲ ਅੰਤ ਖੁਆਰੀ, ਇਹ ਤਾਂ ਬੇਅਮ੍ਰਿਤੀ ਦੀ ਖੱਜਲ ਖੁਆਰੀ। ਇੱਥੋਂ ਉਹਨੇ ਪੁੱਟਣੇ ਵਾਲ ਸ਼ੁਰੂ ਕਰਨੇ, ਇੱਥੋਂ ਚਮੜੀ ਉੱਤੇ ਹਿਰਨੀ ਸ਼ੁਰੂ ਕਰਨੀ ਹੈ, ਉਧਾੜਦੇ ਜਾਣਾ, ਉਧੇੜਦੇ ਜਾਣਾ, ਉਹ ਪੱਠੀ 'ਚ ਪਾ ਕੇ ਛੋਲਿਆਂ ਵਾਂਗੂ ਭੁੰਨ ਦੇਣਾ ਉਹਨੇ, ਵੇਲਣੇ 'ਚ ਪਾ ਕੇ ਗੰਨੇ ਵਾਂਗੂ ਪੀੜ ਦੇਣਾ ਉਹਨੇ। ਲਿਖੀਆਂ ਗੱਲਾਂ ਤਾਂ ਲਿਖੀਆਂ ਹੋਈਆਂ, ਮੈਂ ਤੁਹਾਨੂੰ ਬਾਣੀ 'ਚੋਂ ਪੜ੍ਹ ਕੇ ਸੁਣਾਈਆਂ ਨਾ। ਬਸ ਕਹਿੰਦਾ ਗੁਰਪੂਰੇ ਬਿਨ, ਬਸ ਪਰੇ ਅੰਮ੍ਰਿਤਧਾਰੀ ਸਿਰਫ ਗੁਰਸਿੱਖ ਹੀ ਜਾਣਦਾ ਕਿ ਪੂਰੇ ਗੁਰੂ ਬਾਬੇ ਨਾਨਕ ਤੋਂ ਅੰਮ੍ਰਿਤ ਛਕਣ ਤੋਂ ਬਗੈਰ, ਮਰਨ ਤੋਂ ਬਾਅਦ ਮੌਤ ਅੰਤ ਨੂੰ ਨਰਕਾਂ ਵਿੱਚ, ਬਹੁਤ ਖੱਜਲ ਖੁਆਰੀ ਹੈ। 84 ਲੱਖ ਦਾ ਗੇੜ ਪੈ ਜਾਂਦਾ ਭਾਈ, ਤੁਹਾਨੂੰ ਜਾਣਾ ਹੀ ਪੈਂਦਾ, 84 ਲੱਖ ਦਾ ਗੇੜ ਪੈ ਹੀ ਜਾਣਾ। ਅਤੇ ਪੂਰਾ ਗੁਰੂ ਸਿਰਫ ਗੁਰੂ ਨਾਨਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹੋ ਗੱਲ ਤਾਂ ਜਗਤ ਨੂੰ ਸਮਝਾਉਣੀ ਸੀ, ਆਪਾਂ ਤਾਂ ਆਪ ਹੀ ਨਹੀਂ ਸਮਝੇ। ਤਾਂ ਉਹ ਉਹਨਾਂ ਦਾ ਵੀ ਭਲਾ ਹੋ ਜਾਏ ਕਿ ਰੱਬ ਇੱਕ, ਗੁਰੂ ਵੀ ਇੱਕ, ਉਹ ਹੈ ਸ਼ਬਦ ਗੁਰੂ। ਤੁਸੀਂ ਕੋਈ ਮਦਦ ਕਰੋ, ਆਪਾਂ ਰਲ ਕੇ ਜਗਤ ਦਾ ਭਲਾ ਕਰ ਸਕੀਏ। ਗੁਰਸਿੱਖ ਪਰਪਕਾਰੀ ਹੈ, ਬਣੋ ਅਤੇ ਬਣਾਓ, ਦੁਨੀਆ ਨੂੰ ਚੈਲੇਂਜ ਕਰ ਦਿਓ। ਆਓ, ਕੋਈ ਮੁਕਤੀ ਦਵਾ ਸਕਦਾ ਹੈ? ਆਓ ਸਾਹਮਣੇ ਆਓ, ਦੱਸੋ ਕਿਵੇਂ, ਦਿਖਾਓ। ਪੌੜੀ 16 ਯਮਕ ਫਿਰਕੇ, ਤੂੰ ਕਿਚੜੇ ਦੇਖ ਲਓ ਫਿਰ ਵੀ ਹੈ ਯਮਨ ਫਿਰਕੇ। ਇਹ ਕਿੱਥੇ ਹੈ ਯਮਨ? ਯਮਨ ਫਿਰਕੇ ਤੋ ਕਿਤੜੇ ਸੁੰਨੀ ਆਖੀਏ, ਕਿਤੜੇ ਈਸਾਈ ਮੁਸਾਈ। ਉਹ ਦੇਖਿਆ ਜੀ ਕਿੰਨੇ ਹੀ ਸੁੰਨੀ ਮੁਸਲਮਾਨ ਆਖੇ ਜਾਂਦੇ ਹਨ, ਕਿੰਨੇ ਹੀ ਈਸਾ ਅਤੇ ਮੂਸਾ ਨੂੰ ਮੰਨਣ ਵਾਲੇ ਹਨ, ਈਸਾਈ ਮੁਸਾਈ। ਕਿਤੜੇ ਹੀ ਰਾਫਜ਼ੀ, ਕਿਤੜੇ ਮੁਲਹਿਦ ਗੰਤ ਨਾ ਆਈ। ਸੋ ਕਿੰਨੇ ਹੀ ਰਾਫਜ਼ੀ ਸ਼ੀਆ ਹਨ, ਸੁੰਨੀ ਅਤੇ ਸ਼ੀਆ। ਤੋ ਕਿੰਨੇ ਮੁਲਹਿਦ ਕਾਫਰ ਜੋ ਕਿਆਮਤ ਨਹੀਂ ਮੰਨਦੇ, ਤੋ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਤੋ ਲੱਖ ਫਿਰੰਗੀ ਇਰਮਨੀ, ਰੂਮੀ ਜੰਗੀ ਦੁਸ਼ਮਣ ਦਾਈ। ਸੋ ਲੱਖਾਂ ਫਿਰੰਗੀ ਅੰਗਰੇਜ਼ ਅਰਮਨੀ ਰੂਮੀ ਜੰਗੀ ਦੁਸ਼ਮਣਾਂ ਦੇ ਦਾਓ ਵਾਲੇ ਯੋਧੇ ਹਨ। ਕਿਤੜੇ ਸੱਯਦ ਆਖੀਅਨ, ਕਿਤੜੇ ਤੁਰਕਮਾਨ ਦੁਨਿਆਈ। ਸੋ ਕਿਤਨੇ ਸੱਯਦ ਮੁਹੰਮਦ ਦੇ ਵੰਸ਼ ਕਹੀਏ ਜਾਂਦੇ ਹਨ, ਤੋ ਕਿਤਨੇ ਤੁਰਕਮਾਨ ਦੁਨੀਆਂ ਵਿੱਚ ਹਨ। ਤੋ ਕਿਤੜੇ ਮੁਗਲ ਪਠਾਨ ਹਨ, ਕਿਤੜੇ ਮੁਗਲ ਪਠਾਨ ਹਨ, ਹਬਸ਼ੀ ਅਤੇ ਕਿਲ ਬਾਂਗ ਅਵਾਈ। ਤੋ ਕਿਤਨੇ ਮੁਗਲ ਪਠਾਨ ਹਨ, ਕਈ ਹਬਸ਼ੀ ਹਨ, ਕਿਲ ਮਾਨੀ ਅਖਵਾਉਂਦੇ ਹਨ। ਕਿਤੜਿਆਂ ਇਮਾਨ ਵਿੱਚ, ਕਿਤੜੇ ਬੇਈਮਾਨ ਬੁਲਾਈ। ਤੋ ਕਿਤਨੇ ਇਮਾਨਦਾਰ ਅਤੇ ਕਿਤਨੇ ਬੇਈਮਾਨ ਬੁਲਾਵਾਂ ਹਨ, ਭਾਵ ਦੁਖਦਾਈ ਹਨ। ਨੇਕੀ ਬਦੀ ਨਾ ਲੁਕੇ ਲੁਕਾਈ, ਨੇਕੀ ਅਤੇ ਬਦੀ ਛੁਪਾਇਆਂ ਵੀ ਛੁੱਪਦੀ ਨਹੀਂ। ਨੇਕੀ ਬਦੀ ਨਾ ਲੁਕੇ ਛੁਪਾਈ, ਨੇਕੀ ਅਤੇ ਬਦੀ ਛੁਪਾਇਆਂ ਛੁੱਪਦੀ ਨਹੀਂ। ਬਦੀ ਵਾਲਾ ਬਦੀ ਆ, ਨੇਕੀ ਵਾਲਾ ਨੇਕੀ। ਪੌੜੀ 17 ਅੱਡ ਅੱਡ ਹਾਲਤਾਂ, ਕਿਤੜੇ ਦਾਤੇ ਮੰਗਤੇ, ਕਿਤੜੇ ਵੈਗ, ਕਿਤੜੇ ਰੋਗੀ। ਲੋਕ ਹਿਸਾਬ ਕਿਤਾਬ ਹੋ ਸਕਦਾ ਸੰਸਾਰ ਵਿੱਚ, ਕਿੰਨੇ ਦਾਤੇ, ਕਿੰਨੇ ਮੰਗਤੇ, ਕਿੰਨੇ ਵੈ ਅਤੇ ਕਿੰਨੇ ਰੋਗੀ ਹਨ। ਕਿਤੜੇ ਸਹਿਜ ਸੰਯੋਗ ਵਿੱਚ, ਕਿਤੜੇ ਵਿਛੜੇ ਹੋਏ ਵਿਜੋਗੀ। ਸੋ ਕਿੰਨੇ ਸਹਿਜ ਵਿੱਚ ਗੁਰੂ ਨਾਨਕ ਵਰਗੇ ਰੱਬ ਨਾਲ ਮਿਲੇ ਹੋਏ ਹਨ, ਤੋ ਕਿੰਨੇ ਮਨਮੁੱਖ ਵਿਛੜ ਕੇ
ਵਿਜੋਗੀ ਹਨ। ਕੇਤੜਿਆਂ ਭੁੱਖੇ ਮਰਨ, ਕੇਤੜਿਆਂ ਰਾਜੇ ਰਸ ਭੋਗੀ, ਕਿੰਨੇ ਭੁੱਖੇ ਮਰ ਰਹੇ ਹਨ, ਕਿੰਨੇ ਰਾਜੇ ਪਦਾਰਥਾਂ ਦੇ ਰਸ ਅਤੇ ਆਨੰਦ ਮਾਣ ਰਹੇ ਹਨ। ਕੇਤੜਿਆਂ ਕੇ ਸੋਹਲੇ, ਕੇਤੜੇ ਦੁੱਖ ਰੋਮਣ ਸੋਗੀ, ਤੋਂ ਕਿੰਨਿਆਂ ਦੇ ਉਸਤਤ ਦੇ ਗਾਣੇ ਗੀਤ ਗਾਣੇ ਗਾਏ ਜਾਂਦੇ ਹਨ, ਤੋਂ ਕਈ ਅਫਸੋਸ ਵਿੱਚ ਦੁਖੀ ਵਿੱਚ ਹੀ ਰੋਈ ਜਾਂਦੇ ਹਨ, ਦੁਖੀ ਹਨ। ਦੁਨੀਆਂ ਆਮਨ ਜਾਮਨੀ, ਕਿਤੜੀ ਕੋਈ ਕਿਤੜੀ ਹੋਗੀ। ਸਾਰਾ ਸੰਸਾਰ ਜੰਮਣ ਮਰਨ ਦੇ ਚੱਕਰ ਵਿੱਚ ਹੈ, ਕਿਤਨੇ ਜੰਮ ਰਹੇ ਹਨ, ਕਿਤਨੇ ਹੋਰ ਜੰਮਣਗੇ ਮਰਨਗੇ, ਬਸ ਗੇੜ ਵਿੱਚ ਪੈ ਰਹਿਣਗੇ, ਸਮਝਦਾ ਕੋਈ ਵੀ ਨਹੀਂ। ਕੇਤੜਿਆਂ ਹੀ ਸਚਿਆਰ, ਕੇਤੜਿਆਂ ਦਗਾਬਾਜ਼ ਦਰੋਗੀ, ਕਿੰਨੇ ਸੱਚੇ ਵਾਹਿਗੁਰੂ ਦਾ ਨਾਮ ਲੈਣ ਵਾਲੇ ਅਤੇ ਕਿੰਨੇ ਹੀ ਦਗਾਬਾਜ਼ ਝੂਠੇ ਹਨ। ਗੁਰਮੁਖ ਕੋ ਜੋਗੀਸ਼ਵਰ ਹੋਗੀ, ਕੋਈ ਵਿਰਲਾ ਹੀ ਅੰਮ੍ਰਿਤਧਾਰੀ ਗੁਰਮੁਖ ਜੋਗੀ ਈਸ਼ਵਰ ਰੱਬ ਨੂੰ ਮਿਲਿਆ ਹੋਇਆ ਹੈ। ਉਹੀ ਜੋਗੀਆਂ ਦਾ ਜੋਗੀ ਹੈ, ਰੱਬ ਦਾ ਪਿਆਰਾ ਹੈ ਜੋਗੀਸ਼ਵਰ। ਪੌੜੀ 18, ਸਰੀਰ ਦੀਆਂ ਕਰਮਾਂ ਕਰਕੇ ਅੱਡ ਅੱਡ ਹਾਲਤਾਂ, ਸਰੀਰ ਦੀਆਂ ਕਿਤਨੇ ਅੰਨੇ ਆਖੀਆਂ। ਇਹ ਮੈਂ ਪੌੜੀ ਤੁਹਾਨੂੰ ਸਮਝਾਉਣੀ ਸੀ, ਇਹ ਧਿਆਨ ਨਾਲ ਸੁਣਨੀ। ਕਿਤਨੇ ਅੰਨੇ ਆਖੀਆਂ, ਤੂੰ ਕੇਤੜਿਆਂ ਹੀ ਦਿਸਣ ਕਾਣੇ। ਸੋ ਕਿੰਨੇ ਅੰਨੇ, ਇਹ ਕਰਮਾਂ ਕਰਕੇ, ਕਰਮਾਂ ਭਾਈ ਪਿਛਲੇ ਕੀਤੇ ਕਰਮਾਂ ਕਰਕੇ ਤੁਸੀਂ ਬਚ ਨਹੀਂ ਸਕਦੇ। ਸਾਨੂੰ ਅਸੀਂ ਕਹਿੰਦੇ ਇਹ ਜਨਮ, ਵਾਹਿਗੁਰੂ ਕਹਿੰਦਾ ਕੋਈ ਗੱਲ ਨਹੀਂ, ਸਾਨੂੰ ਸਮਝ ਨਹੀਂ ਨਾ ਆਉਂਦੀ। ਕਿੰਨੇ ਅੰਨੇ ਕਹੀਦੇ ਹਨ, ਕਿਤੜੇ ਅੰਨੇ ਅਤੇ ਕਿੰਨੇ ਕਾਣੇ ਦਿਸਦੇ ਹਨ। ਤੋ ਕਿਤੜੇ ਹੀ ਦਿਸਣ ਕਾਣੇ, ਕਿੰਨੇ ਆ ਕੇਤੜੇ ਚੁੰਨੇ ਚੁੰਨੇ ਫਿਰਨ, ਕਿਤੜੇ ਰਤੀਆਣੇ ਉਕਤਾਣੇ। ਕਹਿੰਦੇ ਵੀ ਕੇਤੜੇ ਉਹ ਟੀਰੇ ਚੁੰਨੇ, ਹਾਂ ਟੀਰੇ, ਕਿੰਨੇ ਟੀਰੇ ਫਿਰਦੇ ਹਨ। ਸੋ ਕਿੰਨੇ ਅੰਧਰਾਤੇ ਵਾਲੇ ਅਤੇ ਘੱਟ ਦੇਖਣ ਵਾਲੇ ਹਨ, ਕਿਤੜੇ ਨਕਟੇ ਗੁਣਗੁਣੀ, ਕਿਤੜੇ ਬੋਲੇ ਬੁੱਚੇ ਲਾਣੇ। ਕਿੰਨੇ ਨੱਕ ਕੱਟੇ ਗੁਣਗੁਣੇ ਬੋਲੇ, ਉਹ ਬੁੱਲ ਕੱਟਿਆ ਹੋਇਆ, ਬੋਲੇ ਡੋਰੇ ਕੰਨ ਕੱਟੇ ਅਤੇ ਬੁੱਲ ਕੱਟੇ ਹਨ, ਵਾਹਿਗੁਰੂ। ਕਿਤੜਿਆਂ ਗਿੱਲੜ ਗਲੀ, ਅੰਗ ਰਸੌਲੀ ਵੈਨ ਵਿਹਾਣੇ, ਕਈਆਂ ਗਲਾਂ ਵਿੱਚ ਗਿੱਲੜਾਂ ਹਨ, ਅੰਗਾਂ ਵਿੱਚ ਰਸੌਲੀਆਂ ਵਾਲੇ ਅਤੇ ਦੱਬੇ ਅੰਗਾਂ ਵਾਲੇ ਹਨ। ਟੁੰਡੇ ਬਾਂਡੇ ਕੇਤੜੇ ਗੰਜੇ ਲੁੰਜੇ ਕੋੜੀ ਜਾਣੇ, ਤੋਂ ਕਿੰਨੇ ਟੁੰਡੇ ਬਾਂਡੇ ਗੰਜੇ ਕੋੜੀ ਜਾਣੀ ਦੇ ਹਨ। ਤੋਂ ਕਿਤਨੇ ਕਿਤੜੇ ਲੂਲੇ ਪਿੰਗਲੇ ਕਿਤੜੇ ਕੁੱਬੇ ਹੋਏ ਕੁੜਾਣੇ, ਕਹਿੰਦੇ ਕਿੰਨੇ ਲੂਲੇ ਪਿੰਗਲੇ ਕੁੱਬੇ ਅਤੇ ਲੱਕ ਦੂਰੇ ਵਾਲੇ ਹਨ। ਤੋਂ ਕਿਤੜੇ ਖੁਸਰੇ ਹੀਜੜੇ ਕੇਤੜਿਆਂ ਗੂੰਗੇ ਤਤਲਾਣੇ, ਤੋਂ ਕਿੰਨੇ ਖੁਸਰੇ ਹੀਜੜੇ ਗੂੰਗੇ ਅਤੇ ਉਹ ਬੱਬਲੇ ਹਨ। ਤਤਲਾਣੇ ਤਤਲਾਣੇ ਬੋਲਦੇ ਆ, ਥੜਕੇ ਬੋਲਦੇ ਨਾ, ਥਿੜਕੇ ਬੋਲਦੇ ਆ। ਕਹਿੰਦੇ ਗੁਰ ਪੂਰੇ ਬਿਨ ਆਮਨ ਜਾਣ, ਦੇਖਿਆ ਜੇ ਗੁਰੂ ਵਾਲਾ ਨਹੀਂ ਨਾ ਬਣਿਆ ਸੀ ਅਤੇ ਆਹ ਹਾਲਤ ਵਾਹਿਗੁਰੂ ਕਰ ਦਿੰਦਾ। ਉਹ ਭਾਈ ਪੂਰੇ ਗੁਰੂ ਨਾਨਕ ਤੋਂ ਬਿਨਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ, ਭਾਈ ਅੰਮ੍ਰਿਤ ਛਕਣ ਤੋਂ ਬਿਨਾਂ, ਭਾਈ ਰਹਿਤ ਰੱਖਣ ਤੋਂ ਬਿਨਾਂ, ਉਹ ਕੁਰਹਿ ਛੱਡਣ ਤੋਂ ਬਿਨਾਂ, ਭਾਈ ਐਸਿਆਂ ਦਾ ਆਉਣ ਜਾਣ ਜੰਮਣ ਮਰਨ ਨਰਕਾਂ ਦਾ ਝੂਟਾ ਬਣਿਆ ਹੀ ਰਹਿੰਦਾ। ਕਾਰਨ ਸਾਫ ਹੈ, ਜੋ ਅੰਮ੍ਰਿਤ ਛਕ ਲੈਂਦੇ ਇੱਕ ਵੀ ਰੋਗ ਨਹੀਂ ਸੀ ਲੱਗਣਾ, ਦੂਜਾ ਸੱਚਖੰਡ ਚਲੇ ਜਾਣਾ ਸੀ, ਤੀਜਾ ਨਰਕਾਂ ਦਾ ਗੇੜ ਹੀ ਕੱਟਿਆ ਜਾਣਾ ਸੀ, ਤੋ ਚੌਥਾ ਕਰਮਾਂ ਕਰਕੇ ਤਕਲੀਫ ਆਉਂਦੀ ਹੈ ਕਰਮੀ ਕੱਟੇ ਜਾਣੇ ਸਨ। ਇਹ ਸਾਰੀਆਂ ਤਕਲੀਫਾਂ ਬੇਮੁੱਖ ਹੋਣ ਕਰਕੇ ਆਈਆਂ, ਕੀਤੇ ਕਰਮਾਂ ਕਰਕੇ ਆਈਆਂ। ਮਨਮੁੱਖ ਸਦਾ ਸੱਚਾ ਸੁੱਚਾ ਹੋ ਹੀ ਨਹੀਂ ਸਕਦਾ, ਸਰੀਰ ਅੰਦਰਲੇ ਰੱਬ ਨੂੰ ਕੱਚਾ ਖਾ ਜਾਂਦਾ। ਇਹ ਤਾਂ ਗੁਰੂ ਦੀ ਮਿਹਰ ਹੈ, ਗੁਰੂ ਆਪਣਾ ਪੁੱਤਰ ਬਣਾ ਕੇ ਆਪਣੇ ਪੁੱਤਰ ਨੂੰ ਬਚਾ ਲਏ, ਨਹੀਂ ਤਾਂ ਹੋਰ ਕੌਣ ਹੈ ਜੋ ਰਾਖੀ ਕਰ ਸਕਦਾ। ਤੁਸੀਂ ਦੱਸ ਦਿਓ, ਓਏ ਆਪਾਂ ਧਰਮ ਬਦਲ ਲੈਂਦੇ ਹਾਂ। ਮੈਨੂੰ ਇੱਕ ਯਾਦ ਆ, ਤੁਹਾਨੂੰ ਵੀ ਦੇਖਿਆ ਹੋਵੇਗਾ, ਉਹ ਬੰਦਾ ਨੰਗਾ ਧੜੰਗਾ, ਵਿੱਚੇ ਟੱਟੀਆਂ ਪਿਸ਼ਾਬ, ਵਿੱਚੇ ਹੱਥ ਮਾਰੀ ਜਾਂਦਾ, ਵਿੱਚੇ ਮੂੰਹ ਖੁਰਕੀ ਜਾਂਦਾ, ਵਿੱਚੇ ਮੂੰਹ ਚੁੰਗਲਾਂ ਪਾਈ ਜਾਂਦਾ। ਮੈਂ ਬੜਾ ਇੱਕ ਦਿਨ ਸੋਚ ਕੇ ਕਿਹਾ, ਕੋਈ ਰੱਬ ਦਾ ਵਿਰੋਧੀ ਕਾਮਰੇਡ ਹੋਣਾ, ਰੱਬ ਨੂੰ ਕਹਿ ਦੇਣਾ ਕਿੱਥੇ ਆ, ਰੱਬ ਗੁਰੂ ਨਾਨਕ ਦਾ ਨਿੰਦਕ ਹੋਣਾ ਹੈ। ਬਾਬੇ ਨੇ ਕਿਹਾ, ਕੋਈ ਗੱਲ ਨਹੀਂ, ਲੈ ਪੁੱਤਰ ਲੈ,
बिल्कुल नंगा तड़ंगा विचे टटियां मक्खियां बैठिया हैं, हाथ मारी जांदा उहदे नाल ही मूँह साफ करी जांदा। मैं क्या यह गुरु नानक का निंदक होना, कामरेड होना है, कोई हिंदू होना, कोई आर एस एस का बंदा। वाहेगुरु। पौड़ी 19 संसारक गिनती। केतड़े हैं पातशाह जग कितड़े मसलत करन वजीरा। वो भाई कितने ही संसार विच पातशाह हन, कितने ही सलाह देन वाले वजीर हन। केतड़िया उमराओ लख मनसबदार हजार वडीरा। सो भाई लखा ही अमीर अहुदेदार हजारा ही होर वड्डे वड्डे रुतबिया वाले हन। तो हिकमत विच हकीम लख कितड़े तरकस बंद अमीरा। हिकमत विच तो लखा ही हकीम हिकमत करन वाले किन्ने ही तनुखधारी अमीर हन। तो कितड़े चाकर चाकरी भोई मेठ महावत मीरा। तो किन्ने ही नौकर चाकर घाई दरोगे हाथी वान ते महावत दे अफसर हन। लख फराश लख 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 फराश लख सारवान। तो मीरा खोर सही सवहीरा। तो भाई लखा फर्श साफ करके गलीचे बिछाउन वाले, लखा ऊट दे ऊठां दे चालक घोड़ियां दे अफसर हन। कितड़े लख जलेबदार गाड़ी वान चलाए गडीरा। सो लखा ही पातशाहियां सवारियां दे प्रबंध करन वाले अहलकार हन। जलेबदार जलोबदार गड्डियां चलाउन वाले गाडीवान ते अनेकां ही दरबान हन। छत्तीदार दरबान खलीरा, छड़ीदार दरबान खलीरा, छड़ीदार। तो राजे नूं हसाउन वाले खडाउन वाले ते चोबदार ते दरबान कई हन। भाई पौड़ी 20 कितड़े लख नगारची। मतलब दुनिया की गल शायद दस रहे आ किवें किवें लोकी कोई रब का नाम ही हैगा किते कि नहीं हैगा, वो रब का भी किते ना हैगा कि नहीं हैगा। कितड़े लख नगारची केतड़िया ढोली शहनाई। सो भाई किन्ने ही लखा नगारची नगारिया ते चोबा लाने वाले, कितड़े ही ढोल ते शहनाई टूतियां बजाने वाले शहनाई वाले। सो केतड़े ही ताइफे ढाडी बचे कलावत गाई। तो केतड़े ही सो अनेक ही नाचियां ताइफे गाउन ते मुजरे करन वालियां हन। सो कई ढाडियां दे पुत्र कवालियां गाउन वाले हन। सो केतड़े ही बहु रूपीए बाजीगर लख भंड अताई। वो कितने बहु रूपीए सांग बनाउन वाले हन, लखा ही बाजीगर भंड ते मदारी तमाशे करन वाले हन ते शौकियां लाउन वाले अताई हन। कितड़े लख मसालची तो समा चराग करन रुशनाई। अनेकां लखा ही मसालची हन ते जो समा शमा शमा दीवे जगा जगा के थां थां रोशनी करन दे कम लगे हुए हन। सो केतड़ियां ही कोरची आमल पोश सिलै सुखदाई। सो किन्ने ही ऐसे नौकर हन जो फौज दे नाल समान सांभण दे कम करदे हन। तो कई इस काम कराउन वाले अफसर हन, किन्ने ही सुजोवां पहन के खुशी हुंदे हन। केतड़िया ही आबदार कितड़े बावरची नानवाई। सो कितड़े ही पानी पिलाउन वाले माशकी हन। तो कितने ही रसोईए हन तो नानवाई हन। कितने इन्हां दी गिनती कोई नहीं, मतलब किसे दी गिनती कोई नहीं भाई। सो तुम्बोली तोशकची सोहाई। किन्ने ही पाना वाले तोशकशी सोभदे हन। सब इत्थे ही रह जाने, सब इत्थे ही रह जाने। पौड़ी 21 केतड़ियां खुशबोएदार केतड़ियां रंगरेज रंगोली। कितने आतार गांधी रेशम रंगण वाले ते ललारी हन। मतलब अतर वाले, अतर वाले। कितने मेवेदार हन हुड़क हुड़किए लोलन लोली। सो किन्ने मेवे वेचन वाले तो जिद्दी शर्तां बन के सौदा करन वाले ते चंचल वेश ना वेश नाव वेशवावां हन कंजरियां हन।
खिजमत दार्ग खिजमत गार खवास लक गोलंदार तोप की तोली। तो भाई किन्ने नीवे चाकर दरबारी एहलकार गोला सुट्टन वाले ते तोप चलाउन वाले ते मोदी हन। केतड़िया तै तहवील दाच तहवील दार तो मुसरफदार दरोगे ओली। तू किन्ने तहसीलदार किन्ने रोकड़िए निगरानी रखने वाले दरोगे ते रस्त वेचन वाले हैं। तहसीलदार केतड़िया किरसान होए केतड़िया किरसान होए कर किरसानी अतुल अतोली। तू किन्ने राहक हो के तोल के अतोल धरती ते खेती करते हैं। केतड़िया दीवान होए करन करोड़ी मुल्क टंडोली। केतड़िया केतड़िया दीवान होए करन करोड़ी सो मुस्तूफी बूतात लख मीर सामे बख्शी ले कोली। मुस्तूफी लखाए लखा तो कितने ही मुस्तूफी हिसाब दे पड़ताल करने वाले ते लखा ही घरां दा हिसाब किताब रखण वाले किताब हन। लखा ही खुशबूआं खिलारन वाले राज महलां विच हन। लखा ही सेनापति जरनैल ते लखा ही जानवरां दे पाली ते वागी कोल कोली हन। कोल कोली मुस्तूफी बूतात लख मीर खासे बख्शी लै कोली। तितड़ियां दीवान होए करन करोड़ी मुल्क डंडोली। तितड़ियां दीवान होए सो किन्ने भाई अनेक ही दीवान खजानची बन के करोड़ा रुपए मुल्कां दी आमदन दी भाल करके मामला जमा करते हैं। रतन पदार्थ अमोल अमोली अनेक ही रत्ना वर्गे पदार्थ जिन्हों का मुल नहीं पै सकता बादशाही खजाने विच जमा करते हैं। पौड़ी बाईवी ओही संसारक गिनती है। केतड़िया ही जोरी लख सराह बजाज बजारी बजाज वपारी। तू किन्ने ही जोरी लखां दा सराफ लख ही सराफ बजाज वपारी हन। तो सौदागर सौदागरी गांधी का सेरे पासारी सुपाई ओ किन्ने सौदागर सौदागरी करते हन। अतार अतर भांडे वेचन वाले ते पसारी। केतड़िया परचूनिया केतड़े दलाल बाजारी। तो किन्ने परचूनिए ते किन्ने बाजार दे दलाल हन। केतड़िया सिगली गरा कितड़े लख कमगर गारी कारी। तू किन्ने हथियार ते घड़न वाले सिगलीगर ते कितने कमान गर सियाने हन। केतड़िया कुम्हार लख कागद कुट घने लुनारी। तू बड़े कितने कुमार हन लखा कागद कुट बथेरे लुनारे हन। कितने दर्जी धोबियां कितने जर लोहे सिरहारी। तो कितने दर्जी तो कितने छिंबे ते लोहे दे सोने दा काम करन वाले हन। कितने पड़भूंजे पठियारी पड़भूंजे पठियारी ते कितने पड़भूंजे दाने भुनण वाले ते तंदूर वाले हन। पौड़ी तेवी उही गिनती है। केतड़िया करूंजड़े केतड़िया दबगर कसाई। तो कितने ही सब्जियां वेचन वाले करूंजड़े तो अनेक ही कुप्पे बनाउन वाले अनेक ही कसाई हन। केतड़िया मुनियार लख केतड़िया चमियार अराई। तो अनेक ही मुनियार चूड़िया वेचन वाले ते लखा ही चमियार चमड़े का काम करन वाले ते अराई हन। तो पग पंग हेरे होए केतड़े बगनी गरा कलाल हवाई। सो अनेक ही भंगी कितड़े भंगी पंग हेड़े किन्ने भंग वेचन वाले किन्ने वंगा बनाउन वाले शराब वेचन वाले ते हलवाई हन। कितड़े भंगी पोस्ती अमली सोफी घनी लुकाई। तो किन्ने ही भंगी पोस्ती अमली लोग हन ते अमल तो रहत सोफी भी बथेरे हन। कितड़िया कहार लख बुजर लख अहीर गनाई। तो किन्ने ही कहार डोलियां दे वेंगियां चुकन वाले
ਲੱਖਾਂ ਹੀ ਗੁੱਜਰ ਅਤੇ ਲੱਖਾਂ ਹੀ ਅਕੀਰ ਗਿਣੇ ਜਾਂਦੇ ਹਨ। ਕਿਤਨੇ ਹੀ ਲੱਖ ਚੂੜੇ ਜਾਤ ਅਜਾਤ ਸਨਾਤ ਅਲਾਈ, ਅਨੇਕਾਂ ਹੀ ਲੱਖਾਂ ਹੀ ਚੂੜੇ ਜਾਤੀ ਅਤੇ ਅਜਾਤੀ ਅਛੂਤ ਆਦਿ ਮਹਾਨ ਨੀਚ ਜਾਤੀ ਦੇ ਕਹੇ ਜਾਂਦੇ ਹਨ। ਨਾਮ ਥਾਮ ਲੱਖ ਕੀਮ ਨ ਪਾਏ, ਨਾਮ ਥਾਮ ਲੱਖ ਕੀਮ ਨ ਪਾਏ। ਤੋ ਨਾਮ ਅਤੇ ਥਾਵਾਂ ਲੱਖਾਂ ਹੀ ਹਨ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੋ ਅੰਮ੍ਰਿਤਧਾਰੀ ਗੁਰਸਿੱਖ ਦੀ ਵਡਿਆਈ 24ਵੀਂ ਪੌੜੀ ਵਿੱਚ ਕਹਿੰਦਾ ਉੱਤਮ ਸਾਰੀ ਗਿਣਤੀ ਕਰਤੀ, ਹੁਣ ਕਹਿੰਦੇ ਉੱਤਮ ਮੱਧਮ ਨੀਚ ਲੱਖ ਗੁਰਮੁਖ ਨੀਚੋਂ ਨੀਚ ਸਦਾਏ। ਚਲੋ ਲੱਖਾਂ ਹੀ ਉੱਤਮ ਮੱਧਮ ਅਤੇ ਨੀਚ ਹਨ, ਗੁਰਸਿੱਖ ਆਪਣੇ ਆਪ ਨੂੰ ਨੀਵੇਂ ਤੋਂ ਨੀਵਾਂ ਸਦਵਾਉਂਦੇ ਹਨ। ਪੈਰੀ ਪੈ ਪਖਾਕ ਹੋਏ ਗੁਰਮੁਖ ਸੁੱਖ ਗੁਰਸਿੱਖ ਆਪ ਗਵਾਏ। ਅੰਮ੍ਰਿਤਧਾਰੀ ਗੁਰਸਿੱਖ ਪੈਰੀ ਪੈ ਕੇ ਹੋਰਨਾਂ ਦੀ ਚਰਨ ਧੂੜ ਹੋ ਜਾਂਦਾ ਹੈ, ਗੁਰਸਿੱਖ ਹੋਮੇ ਮਾਰ ਕੇ ਗੁਰਸਿੱਖ ਬਣ ਜਾਂਦਾ ਹੈ। ਸਾਧ ਸੰਗਤ ਭਾਉ ਭਾਉ ਕਰ ਸੇਵਕ ਸੇਵਕਾਰ ਕਮਾਏ। ਸਾਧ ਸੰਗਤ ਵਿੱਚ ਪਿਆਰ ਨਾਲ ਸਤਿਕਾਰ ਨਾਲ ਡਰ ਅਦਬ ਵਿੱਚ ਰਹਿ ਕੇ ਸੇਵਕ ਬਣ ਕੇ ਸੇਵਾ ਕਰਨ ਦੀ ਕਾਰ ਕਰਦਾ ਹੈ। ਮਿੱਠ ਬੋਲਣ ਨਿਭ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਭਾਈ ਗੁਰਸਿੱਖ ਮਿੱਠਾ ਬੋਲਦੇ ਹਨ, ਨਿਮਰਤਾ ਵਿੱਚ ਰਹਿੰਦੇ ਹਨ, ਹੱਥੋਂ ਦਾਨ ਦੇ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ, ਸਰਬੱਤ ਦਾ ਭਲਾ ਮੰਗਦੇ ਹਨ। ਸ਼ਬਦ ਸੁਰਤ ਲਿਵ ਲੀਨ ਹੋਏ, ਇਹ ਖੇਡ ਆਪਣੇ ਕੋਲ ਹੈ ਨਹੀਂ ਭਾਈ। ਸ਼ਬਦ ਸੁਰਤ ਲਿਵ ਲੀਨ ਹੋਏ, ਇਹ ਖੇਡ ਕਿਸੇ ਗੁਰਦੁਆਰੇ ਵਿੱਚ ਹੈ ਨਹੀਂ। ਦਰਗੇ ਮਾਨ ਨਿਮਾਣਾ ਪਾਏ, ਉਹ ਦਰਗੇ ਦੀ ਤਾਂ ਗੱਲ ਹੀ ਇੰਨੀ। ਸੋ ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜ ਕੇ ਮਗਨ ਹੋ ਕੇ ਸੁਨ ਸਮਾਦ ਹੋ ਕੇ ਆਪਣੀ ਹੋਂਦ ਭੁਲਾ ਕੇ ਮਾਨ ਹੁੰਦਿਆਂ ਨਿਮਾਣਾ ਬਣ ਕੇ ਸੱਚਖੰਡ ਵਿੱਚ ਸਤਿਕਾਰ ਪਾਉਂਦਾ ਹੈ, ਬਹੁਤ ਨਿਮਰਤਾ ਵਿੱਚ ਰਹਿੰਦਾ ਹੈ, ਤਾਂ ਹੀ ਸੱਚਖੰਡ ਮਾਨ ਮਿਲਦਾ ਹੈ। ਜਿੰਨਾ ਨਿਮਰਤਾ 'ਚ ਰਹੋਗੇ ਉਨਾ ਸੱਚਖੰਡ ਮਾਨ ਮਿਲੇਗਾ। ਸੋ ਚੱਲਣ ਜਾਣ ਅਜਾਨ ਹੋਏ, ਆਸਾ ਵਿੱਚ ਨਿਰਾਸ ਵਲਾਏ। ਇੱਥੋਂ ਸੰਸਾਰ ਤੋਂ ਚਲੇ ਹੀ ਜਾਣਾ ਹੈ, ਇਸ ਗੱਲ ਨੂੰ ਦ੍ਰਿੜ ਅਤੇ ਸੱਚ ਮੰਨ ਕੇ ਸੰਸਾਰੀ ਸਿਆਣਪਾਂ ਨੂੰ ਛੱਡ ਕੇ ਅਣਜਾਣ ਬਣ ਕੇ ਜ਼ਿੰਦਗੀ ਦੇ ਦਿਨ ਗੁਜ਼ਾਰਦਾ ਹੈ। ਸੋ ਭੋਲਾ ਬਣ ਕੇ ਸਿਆਣਪਾਂ ਅਤੇ ਚਤਰਾਈਆਂ ਹੀ ਛੱਡਣੀਆਂ, ਸਰੀਰ ਛੱਡਣ ਨਹੀਂ ਦਿੰਦਾ। ਆਸਾ ਵਿੱਚ ਨਿਰਾਸ ਰਹਿੰਦਾ ਹੈ, ਆਸਾ ਵਿੱਚ ਨਿਰਾਸ। ਵਿੱਦਿਆ ਸਾਰੀ ਵਿੱਦਿਆ ਹੀ ਸਿਆਣਪ ਸਿਖਾਉਂਦੀ ਹੈ, ਉਹ ਵਿੱਦਿਆ ਛੱਡਣੀ ਪੈਂਦੀ। ਗੁਰਮੁਖ ਸੁੱਖ ਫਲ ਅਲੱਖ ਲਿਖਾਏ। ਅੰਮ੍ਰਿਤਧਾਰੀ ਗੁਰਸਿੱਖ ਦਾ ਜੀਵਨ ਮਨੋਰਥ ਹੈ, ਸੁਦੀਵੀ ਸੁੱਖਾਂ ਦੀ ਪ੍ਰਾਪਤੀ। ਉਹ ਹੈ ਨਾ ਜਾਣੇ ਜਾਣ ਵਾਲਾ, ਨਾ ਦੇਖਿਆ ਜਾਣ ਵਾਲਾ ਅਲੱਖ ਵਾਹਿਗੁਰੂ ਸੂਖਸ਼ਮ ਵਾਹਿਗੁਰੂ ਨੂੰ ਦੇਖ ਲੈਂਦਾ, ਜਾਣ ਲੈਂਦਾ, ਦੇਖ ਲੈਂਦਾ, ਜਾਣ ਲੈਂਦਾ। ਭਾਈ ਆਪਾਂ ਤਾਂ ਭਾਈ ਸਾਹਿਬ ਜੀ ਇਹਦੀ ਗੱਲ ਹੀ ਨਹੀਂ ਕੋਈ ਕਰਦੇ, ਕੋਈ ਪੱਖ ਹੀ ਨਹੀਂ ਲਿਆ, ਸਾਨੂੰ ਸਮਝ ਹੀ ਨਹੀਂ ਆ ਰਹੀ ਇਹਦੀ। ਕਿਸੇ ਨੇ ਕੋਈ ਗੱਲ ਹੀ ਨਹੀਂ ਕਰਦਾ ਕਿ ਰੱਬ ਨਾਲ ਮਿਲਾਪ ਕਰਨਾ ਆ। ਭਾਈ ਕੋਈ ਐਸਾ ਪੱਖ ਹੀ ਨਹੀਂ ਹੈਗਾ। ਵਾਰ ਨੌਵੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਦੀ ਮਹਾਨਤਾ ਸੁਣ ਲਓ ਧਿਆਨ ਨਾਲ। ਗੁਰਮੂਰਤ ਪੂਰਨ ਬ੍ਰਹਮ ਅਵਗਤ ਅਬਨਾਸੀ। ਗੁਰੂ ਦਾ ਆਕਾਰ ਬਾਬਾ ਨਾਨਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵ ਵਿਆਪਕ ਰੱਬੀ ਪ੍ਰਕਾਸ਼ਨ। ਗੁਰਮੂਰਤ ਪੂਰਨ ਬ੍ਰਹਮ ਅਵਗਿਤ ਅਬਨਾਸੀ। ਇਹਨਾਂ ਦੀ ਗਤੀ ਚਾਲ ਹੁਕਮ ਨੂੰ ਕੋਈ ਨਹੀਂ ਜਾਣ ਸਕਦਾ। ਨਾਸ਼ ਰਹਿਤ ਹਨ, ਅਬਨਾਸ਼ੀ ਹਨ, ਉਹ ਆਦ ਹਨ, ਰੱਬ ਮੱਥਾ ਟੇਕਦਾ। ਪਾਰ ਬ੍ਰਹਮ ਗੁਰ ਸ਼ਬਦ ਹੈ ਸਤਸੰਗ ਨਿਵਾਸੀ। ਉਹ ਪਾਰ ਬ੍ਰਹਮ ਗੁਰ ਸ਼ਬਦ ਹੈ, ਪਾਰ ਬ੍ਰਹਮ ਗੁਰ ਸ਼ਬਦ ਹੈ। ਵਾਹਿਗੁਰੂ ਕੀ ਆ? ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਹੈ। ਪਾਰ ਬ੍ਰਹਮ ਗੁਰੂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਹਨ। ਤੋ ਇਹਨਾਂ ਦਾ ਨਿਵਾਸ ਪ੍ਰਕਾਸ਼ ਸੰਗਤ ਵਿੱਚ ਹੁੰਦਾ ਹੈ। ਸਾਧ ਸੰਗਤ ਸੱਚਖੰਡ ਹੈ, ਭਾਵ ਭਗਤ ਅਭਿਆਸੀ। ਸਾਧ ਸੰਗਤ ਵਾਹਿਗੁਰੂ ਦਾ ਨਿਵਾਸ ਸਥਾਨ ਹੈ, ਸਾਧ ਸੰਗਤ ਵਾਹਿਗੁਰੂ ਦਾ ਨਿਵਾਸ ਸਥਾਨ ਹੈ, ਜਿੱਥੇ ਪ੍ਰੇਮ ਨਾਲ ਵਾਹਿਗੁਰੂ 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 ਸਿਮਰਨ ਦਾ ਅਭਿਆਸ ਹੁੰਦਾ ਹੈ। ਆਪਣੇ ਹੁੰਦਾ ਗੁਰਦੁਆਰੇ ਸਿਮਰਨ ਅਭਿਆਸ ਹੁੰਦਾ ਕੋਈ ਕਰਦਾ? ਚੌਂ ਵਰਨਾ ਉਪਦੇਸ਼ ਕਰ ਗੁਰਮਤਿ ਪਰਗਾਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੌਂ ਵਰਨਾ ਨੂੰ ਸਾਂਝਾ ਉਪਦੇਸ਼ ਕਰਦੇ ਹਨ ਅਤੇ ਗੁਰੂ ਦੀ ਮਤ ਦੇ ਕੇ ਅੰਦਰ ਪ੍ਰਕਾਸ਼ ਕਰ ਦਿੰਦੇ ਹਨ। ਪੈਰੀ ਪੈ ਪਖਾਕ ਹੋਏ ਗੁਰਮੁਖ ਰਹਿ ਰਾਸੀ। ਗੁਰਸਿੱਖਾਂ ਦੀ ਚਰਨੀ ਲੱਗਦੇ ਹਨ, ਪੈਰੀ ਪਾਉਣਾ ਕਰਦੇ ਹਨ, ਉਹਨਾਂ ਦੀ ਚਰਨ ਧੂੜ ਬੰਨਦੇ ਹਨ। ਇਹੀ ਗੁਰਸਿੱਖੀ ਦੀ ਰੋ ਰੀਤੀ ਹੈ।
माया विच उदास गत होए आस निरासी, सो माया शरीर विच ही शरीर दियां खाशां तो निर्मोह हो जांदे हन, मुक्ति मिलदी है आसां तो निराश रहिंदे हन। शरीर तो निर्मोह होना बहुत औखा, जिवें भाई गुरदास जी ने की लिखिया, तलाक दे दे शरीर नूं, तलाक दिता जांदा, दे के दिखा, तलाक दिता जांदा, तलाक देना बहुत। अगे देखो, गुरसिखी बारीक है, गुरसिखी सिला चट्टन फिक्की, वह गुरसिखी बहुत सूक्ष्म है, आत्मक है, सुरती का मार्ग है, अलूनी सिला चट्टन वांग, पहला फिक्की है, मन टिकदा नहीं, स्वाद आउंदा नहीं, मन टिकदा नहीं, तिखी खंडे तार है वो वालों निक्की, सुरती का मार्ग खंडे तार तो भी तेज है, वो इतनी सूक्ष्म है कि वाल तो भी ब्रीक है, तो आत्मा ने शरीर नू छड़ के बाहर निकलना है, वही शरीर, वो भी शरीर है। भूत भविख वर्तमान सर मिकण मिक्की, भूत भविख वर्तमान तिना कालां में सिखी दे बराबर दा कुछ मेचिए ता भाई मिच नहीं सकदा, भाव सिखी दी बराबरी कोई नहीं कर सकदा, ओ सिखी दी बराबरी कोई नहीं कर सकदा। ओ सुन लो यारो, द्वितीया ना सत एक घर होए इक्का इक्की, तो सिमरन विच सुरती जोड़न नाल द्वितीता भाव द्वैख नास हुंदी है, जीवात्मा रब विच मिल के एक हो जांदी है, एक हो जांदी है, तो दूआ तीआ विसरे सन कक्का किक्की, तो दूआ तीआ विसर जांदा है, समेत पुत्रां धीआं दे ते सारे विकार खत्म हो जांदे हन, सभे सिक्कां पर हरे सुख इक्कत सिक्की, वैथ गुरसिख सारियां खाशां त्याग दिंदा है, इक्को सिक सिमरन विच ही सुख है ते आस रखदा है, आस रखदा। औखी है ना, औखी है ना सिक्खी, सिक्खी बहुत औखी है, सिक्खी बहुत औखी है। सो वाहिगुरु मेहर करे अपन नूं समझा दे भाई, वाहिगुरु मेहर करे, वाहिगुरु वाहिगुरु, आपां वी वाहिगुरु वाहिगुरु कर लिया करिए, भाई गुरदास दी कोई गल मन लईए, भाई भाई गुरदास दी कोई गल मन लईए, वाहिगुरु 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 वाहेगुरु, सिमरन ही कर लिया करिए गुरुद्वारे, वाहेगुरु 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 वाहेगुरु। सिक्खी औखी आ, मैं कहा ना, मन का टिकाणा तारे गिरन दे बराबर आ, मन का टिकाणा तारे गिरन दे बराबर है, पर जे मन टिक गया, तीन लोग की बातें करें, हाँ ये मन शक्ति, ये मन सियो, ये मन पंच तत्व को जियो, हाँ जी महाराज, जे उन मन रहे तो तीन लोग की बातें करें, तिना लोगों दियाँ गल्लां करदा जे टिक गया। दसवीं खत्री जातां दा